قرآن المجيد
وقال الحسن بسم الله الرحمن الرحيم والعصر إن الإنسان لفي خسر إِلَّا الَّذِينَ آمَنُوا وَعَمِلُوا الصَّالِحَاتِ وَتَوَاصَوْا بِالْحَقِّ وَتَوَاصَوْا بِالصَّبْرِ وَالْحَمْدُ لِلَّهِ رَبِّ الْعَالَمِينَ ثم قال رسول الله صلى الله عليه وآله وسلم وقال الحق بسم الله الرحمن الرحيم إن الحسين نسب الهدى وسفينة النجاة والحمد لله رب العالمين نارا تكبير الله نارا رسالة يا رسول ਨਾਰਾ ਹੈਰੀ ਸਲਵਾਤ ਬਰ ਮੁਹੰਮਦ ਮੁਹੰਮਦ ਅੱਲਾਹੁਮਾ ਸੱਲੇ ਅਲਾ ਮੁਹੰਮਦ ਮੁਹੰਮਦ ਬਰਾਦਰਾਂ ਨੇ ਮਾਨੀ ਮੈਂ ਇੱਕ ਅੱਲਾਹ ਤਬਾਰਕ ਤਾਲਾ ਦਾ ਅਰਸ਼ਾਦ ਔਰ ਦੂਸਰਾ ਆਕਾ ਦਾ ਖਤਮੀ ਮਰਤਬਰ ਦਾ ਅਰਸ਼ਾਦ ਤਲਾਬਤ ਕਰਨ ਦੀ ਸ਼ਰਫ ਹਾਸਲ ਕੀਤੀ ਹੈ। ਅੱਲਾਹ ਅਰਸ਼ਾਦ ਫਰਮਾਇਆ ਕਿ ਮੈਨੂੰ ਅਸਰ ਦੀ ਕਸਮ, ਮੈਨੂੰ ਜ਼ਮਾਨੇ ਦੀ ਕਸਮ ਕਿ ਇਨਸਾਨ ਬੜਾ ਘਾਟੇ 'ਚ ਖਸਾਰੇ 'ਚ, ਫਿਰ ਇੱਥੇ ਐਸ ਖਤਮ ਨਹੀਂ ਹੋਈ। ਅੱਗੇ ਅੱਲਾਹ ਫਰਮਾਇਆ ਇਲਾ ਮਗਰ ਜਿਹੜੇ ਇਮਾਨ ਲੈ ਆਏ ਨੇ, ਸਾਰਿਆਂ ਅਮਲ ਕੀਤੇ ਨੇ, ਹੱਕ ਦੀ ਪੈਰਵੀ ਕੀਤੀ, ਹੱਕ ਦੀ ਜ਼ਿੰਦਗੀ ਬਦਲ ਕਰਦੇ ਨੇ ਔਰ ਸਬਰ ਵਿਖਾਉਂਦੇ ਨੇ, ਯਾਨੀ ਕਿ ਖਸਾਰੇ ਤੋਂ ਨਿਕਲਣ ਵਾਸਤੇ, ਘਾਟੇ ਤੋਂ ਨਿਕਲਣ ਵਾਸਤੇ ਸਾਨੂੰ ਚਾਰ ਅਮਲ ਕਰਨੇ ਪੈਣਗੇ, ਫਿਰ ਅਸੀਂ ਘਾਟੇ 'ਚੋਂ ਨਿਕਲਦੇ ਹਾਂ। ਅਗਰ ਇਹ ਚਾਰ ਅਮਲ ਨਹੀਂ ਕਰਦੇ ਅਤੇ ਫਿਰ ਸਾਨੂੰ ਅੱਲਾਹ ਤਬਾਰਕ ਤਾਲਾ ਦੇ
ਨਾ ਮਾਰ ਦੇ ਤਰਫ ਅੱਖ ਨਹੀਂ ਰੱਖਣੀ ਚਾਹੀਦੀ, ਕਿਉਂਕਿ ਫਿਰ ਅਸੀਂ ਘਾਟੇ 'ਚ ਹਾਂ ਅਤੇ ਜਿਹੜਾ ਘਾਟੇ 'ਚ ਹੁੰਦਾ ਉਹ ਨੁਕਸਾਨ 'ਚ ਹੁੰਦਾ। ਅੱਜ ਵੀ ਕੋਈ ਕਾਰੋਬਾਰ ਜਿਹੜਾ ਕਰਦਾ ਪਿਆ ਜਿਹਨੂੰ ਕਾਰੋਬਾਰ 'ਚ ਘਾਟਾ ਪੈ ਜਾਂਦਾ ਕਿੰਨਾ ਪਰੇਸ਼ਾਨ ਹੁੰਦਾ, ਬੜੀ ਮੁਸੀਬਤਾਂ ਪੈਂਦਾ। ਅਤੇ ਇਹ ਤਾਂ ਫਿਰ ਉੱਥੇ ਨਾ ਰਿਸ਼ਵਤ ਹੈ ਨਾ ਕੋਈ ਪੈਸਾ ਹੈ ਨਾ ਕੋਈ ਸਿਫਾਰਿਸ਼ ਹੈ। ਅਮਲਾਂ ਨਾਲ ਬੇੜਾ ਪਾਰ ਹੋਣਾ ਹੈ ਅਤੇ ਅਮਲ ਵੀ ਅੱਲਾਹ ਤਾਲਾ ਨਾਲ ਉਹ ਕਬੂਲ ਕਰਨੇ ਨੇ ਕਿ ਜਿਹੜੇ ਇਮਾਨ ਦੇ ਜ਼ੇਰੇ ਸਾਇਆ ਹੋਣ। ਸਭ ਤੋਂ ਪਹਿਲੇ ਅਕੀਦਾ ਦਰੁਸਤ ਹੋਣਾ ਚਾਹੀਦਾ, ਫਿਰ ਅਮਲ ਜਿਹੜਾ ਕਰਾਂਗੇ ਉਹ ਅੱਲਾਹ ਤਬਾਰਕ ਤਾਲਾ ਕਬੂਲ ਕਰੇਗਾ। ਅੱਲਾਹ ਨੇ ਸਾਨੂੰ ਇਹ ਨਹੀਂ ਆਖਿਆ ਕਿ ਤੁਸੀਂ ਸਭ ਕੁਛ ਕੰਮ ਛੱਡ ਛੁੱਡ ਕੇ ਹਰ ਵਕਤ ਮੇਰਾ ਹੀ ਜ਼ਿਕਰ ਕਰਦੇ ਰਹੋ। ਸਾਨੂੰ ਜ਼ਿਕਰ ਕਸੀਰ ਦਾ ਹੁਕਮ ਦਿੱਤਾ, ਲੇਕਿਨ ਆਕਾ ਨੇ ਸਾਡੀ ਮੁਸ਼ਕਲ ਕੁਸ਼ਾਈ ਫਰਮਾਈ ਹੈ। ਉਹਨਾਂ ਕਿਹਾ ਕਿ ਅਗਰ ਤੁਸੀਂ ਨਮਾਜ਼ ਪੜ੍ਹਨ ਤੋਂ ਬਾਅਦ 34 ਦਫ਼ਾ ਅੱਲਾਹ ਅਕਬਰ, 33 ਦਫ਼ਾ ਅਲਹਮਦੁਲਿਲਾਹ, 33 ਦਫ਼ਾ ਸੁਬਾਨ ਅੱਲਾਹ, ਔਰ ਉਸ ਤੋਂ ਬਾਅਦ ਅੱਲਾਹ ਦੀ ਵਾਹ ਨਹੀਂ ਜ਼ਿਕਰਾ ਕਰ ਲਾ ਇਲਾਹ ਇਲੱਲਾ, ਇਹ ਅੱਲਾਹ ਤਬਾਰਕ ਤਾਲਾ ਦਾ ਜ਼ਿਕਰ ਕਸੀਰ ਹੋ ਜਾਏਗਾ। ਕਿਉਂ ਅੱਲਾਹ ਤਬਾਰਕ ਤਾਲਾ ਨੇ ਇਹ ਜਿਹੜੀ ਦੁਨੀਆ ਬਣਾਈ ਹੈ ਇਹ ਦੁਨੀਆ 'ਚ ਅਸੀਂ ਰਹਿ ਕੇ ਅੱਲਾਹ ਤਬਾਰਕ ਤਾਲਾ ਦੇ ਅਹਕਾਮ ਦੇ ਮੰਨ ਕੇ ਉਹਨਾਂ ਹਕਾਮ ਦੇ ਸਾਏ ਥੱਲੇ ਜ਼ਿੰਦਗੀ ਬਸਰ ਕਰਨੀ ਹੈ। ਫਿਰ ਅੱਲਾਹ ਰਿਸ਼ਾ ਫਰਮਾਇਆ ਬਿਸਮਿਲਲਾਹ ਰਹਿਮਾਨ ਰਹੀਮ, ਵਮਾ ਅਤਾਕੁਮ ਰਸੂਲੋ ਫਖੂਜ਼ੂਹੂ, ਰਸੂਲ ਜੋ ਦੇ ਦੇ ਉਹ ਲੈ ਲਓ। ਖਾਮਖਾ ਆਪਸ ਵਿੱਚ ਅਸੀਂ ਲੜਾਈਆਂ ਝਗੜੇ ਕਰਨੇ ਹਾਂ, ਅਗਰ ਪੰਜ ਧਰਮ ਪਾਕ
ਸਿਰਫ ਸ਼ੀਆਂ ਦੇ ਨੇ। ਅਤੇ ਫਿਰ ਅਗਰ ਦੇਖੋ ਬੜੇ ਨਬੀ ਪਾਕ ਨੇ, ਪਾਇੰਟਾਂ ਪਾਕ ਦਿੱਤੇ ਕਿੰਨਾ ਉਹਨੇ ਆਪਣੇ ਕਲਮਾ ਪੜ੍ਹਨ ਵਾਲਿਆਂ ਨੂੰ, ਸੁਹਾਬਾ ਕਰਾਮ ਨੂੰ ਪਾਇੰਟਾਂ ਪਾਕ ਦੀ ਅਜ਼ਮਤ ਵੀ ਬਿਆਨ ਕੀਤੀ ਹੈ, ਉਹਨਾਂ ਦੀ ਸ਼ਾਨ ਵੀ ਦਿਖਾਈ ਹੈ। ਔਰ ਉਹਨਾਂ ਨੂੰ ਹਰ ਮੈਦਾਨ ਦੇ ਵਿੱਚ ਜਿੱਥੇ ਵੀ ਕੋਈ ਇਸਲਾਮ ਦੀ ਜ਼ਰੂਰਤ ਪਈ ਹੈ, ਆਪਣਿਆਂ ਨੇ ਬੁਲਾਇਆ ਹੈ, ਸੁਹਾਬਾਂ ਨੂੰ ਤਕਲੀਫ ਨਹੀਂ ਦਿੱਤੀ। ਸਭ ਤੋਂ ਪਹਿਲੇ ਕਾਫਰੀਨ ਦੇ ਸਰਦਾਰ ਅਬੂ ਸੁਫਿਆਨ, ਮਾਵੀਏ ਦਾ ਪਿਓ, ਯਜ਼ੀਦ ਦਾ ਦਾਦਾ, ਔਰ ਲਸ਼ਕਰ ਲੈ ਕੇ ਨਬੀ ਪਾਕ ਦੀ ਜ਼ਾਤ ਮਦੀਨੇ ਹਮਲਾਵਰ ਹੋਇਆ। ਅਜੇ ਹਿਜਰਤ ਕਰਕੇ ਆਏ ਹੀ ਸਨ, ਤੁਸੀਂ ਵੇਖ ਲਓ ਕਿ ਤੁਹਾਨੂੰ ਹੁਣ 77 ਸਾਲ ਹੋ ਗਏ ਨੇ ਇਸ ਪਾਕਿਸਤਾਨ ਨੂੰ ਬਣੇ ਹੋਏ ਨੂੰ। ਕਿਤਨੇ ਆਏ ਨੇ, ਕਿਤਨੇ ਗਏ ਨੇ, ਲੇਕਿਨ ਅਜੇ ਤੱਕ ਪਾਕਿਸਤਾਨ ਪੈਰਾਂ 'ਤੇ ਨਹੀਂ ਖੜਾ ਹੋਇਆ। ਆਰਮੀ ਸਿਆਸਤਦਾਨਾਂ ਦੇ ਇਲਜ਼ਾਮ ਲਾਉਣੀ ਹੈ, ਸਿਆਸਤਦਾਨ ਆਰਮੀ ਲਾਉਂਦੇ ਨੇ। ਕਰਜ਼ੇ ਦੇ ਉੱਤੇ ਕੰਮ ਚੱਲ ਰਿਹਾ, ਠੀਕ ਹੈ ਪਾਲਿਸੀਆਂ ਬਣਾਉਣੇ ਨੇ, ਪਾਲਿਸੀਆਂ ਗਲਤ ਵੀ ਬਣ ਜਾਂਦੀਆਂ ਨੇ, ਲੇਕਿਨ ਜਦੋਂ ਉਹਨਾਂ ਦਾ ਮਸਲਾ ਲੈ ਲਈਏ ਨਾ ਕਿ ਹੁਣ ਮੈਂ ਜੋ ਕੁਛ ਬਣਾ ਲਿਆ, ਜੋ ਕੁਛ ਆਖਤਾ, ਇਹ ਸਹੀ ਹੈ, ਅਤੇ ਉਹ ਨੁਕਸਾਨਦੇਹ ਚੀਜ਼ ਹੁੰਦੀ ਹੈ। ਕਿਉਂਕਿ ਅੱਲਾਹ ਤਬਾਰਕ ਤਾਲਾ ਨੇ ਹਰ ਬੰਦੇ ਨੂੰ ਇੱਕੋ ਜਿਹੀ ਅਕਲ ਨਹੀਂ ਦਿੱਤੀ, ਕਿਸੇ ਕੋਲ ਜ਼ਿਆਦਾ ਹੈ, ਕਿਸੇ ਕੋਲ ਥੋੜ੍ਹੀ ਹੈ, ਔਰ ਇਲਮ ਵੀ ਕਿਸੇ ਕੋਲ ਕੰਮ ਹੈ, ਕਿਸੇ ਕੋਲ ਜ਼ਿਆਦਾ ਹੈ। ਅਤੇ ਸਾਫ ਜ਼ਾਹਰ ਹੈ
ਜਿਸ ਨੇ ਕੋਈ ਕਾਨੂੰਨ ਬਣਾਉਣਾ ਹੈ, ਖਾ ਘਰ ਦਾ ਸਰਬਰਾਹ ਹੈ, ਕੋਈ ਪਾਲਿਸੀ ਬਣਾਉਣੀ ਹੈ, ਚਲਾਉਣੀ ਹੈ, ਉਹ ਦੋ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਏਗਾ। ਇਲਮ ਔਰ ਅਕਲ। ਜਨਾਬੇ ਬਹਿਲੋਲ ਦਾ ਨਾਂ ਬੜੇ ਵਾਕਿਆਤ ਉਹਨੇ ਸੁਣਦੇ ਹੋ, ਲੇਕਿਨ ਅੱਜ ਮੈਂ ਮਾਮੂਲੀ ਜਿਹਾ ਤੁਹਾਨੂੰ ਉਹਨਾਂ ਨੂੰ ਤਾਰਫ ਕਰਾਵਾਂ। ਇਮਾਮੇ ਜਾਫਰ ਸਾਦਿਕ ਅਲੈਹ ਸਲਾਮ ਦੇ ਦੌਰ ਵਿੱਚ ਉਹ ਦਰਸੇ ਸਾਦਿਕ ਤੋਂ ਇਲਮ ਹਾਸਲ ਕਰਕੇ ਬਹੁਤ ਬੜਾ ਆਲਮ ਬਣਿਆ ਸੀ। ਇਮਾਮ ਪਾਕ ਨੇ ਉਹਦੇ ਬਗਦਾਦ ਦੇ ਵਿੱਚ ਡਿਊਟੀ ਲਾਈ ਸੀ ਕਿ ਜਾ ਸਾਡੀ ਉੱਥੇ ਤਾਰਫ ਵੀ ਕਰਾ ਅਤੇ ਤਾਲੀਮ ਦਾ ਪ੍ਰਚਾਰ ਵੀ ਕਰ। ਔਰ ਉਸ ਵਕਤ ਬਗਦਾਦ ਦੇ ਵਿੱਚ ਜ਼ਾਲਮ ਤਰੀਨ ਸ਼ਖਸ ਦੀ ਹਕੂਮਤ ਹਾਰੂਨ ਰਸ਼ੀਦ, ਜਿਹੜਾ ਰੋਜ਼ ਹੀ 10 ਸੱਯਦ ਸ਼ਹੀਦ ਕਰਕੇ ਨਾਸ਼ਤਾ ਕਰਦਾ ਹੁੰਦਾ ਸੀ, ਦੀਵਾਰਾਂ 'ਚ ਕੋਈ ਸਰਦਾਰ ਦਾ ਫਰਜ਼ ਮਿਲ ਜਾਣਾ ਹੈ ਜਾਂ ਕੋਈ ਮੂਮਨ ਮਿਲਣਾ ਹੈ, ਉਹਨੂੰ ਦੀਵਾਰ 'ਚ ਚੁਣ ਦੇਣਾ ਹੈ। ਜਿੰਨਾ ਚਿਰ ਜ਼ਿਕਰ ਉਹ 10 ਸ਼ਹੀਦ ਨਹੀਂ ਸੀ ਕਰ ਦਿੰਦਾ, ਉਹ ਨਾਸ਼ਤਾ ਸ਼ੁਰੂ ਨਹੀਂ ਸੀ ਕਰਦਾ। ਅਗਾਂ ਇਹਦੇ ਜ਼ੁਲਮ ਲਈ ਤੁਸੀਂ ਖੁਦ ਹੀ ਹਿਸਾਬ ਲਾ ਲਓ, ਕਿਉਂਕਿ ਮੈਂ ਜ਼ਿਆਦਾ ਜਿਹੜਾ ਜਿਹੜੇ ਇਖਤਲਾਫਾਤੀ ਮਸਲੇ ਨੇ ਉਸ ਵਿੱਚ ਨਹੀਂ ਪੈਂਦਾ ਹੁੰਦਾ। ਬਹਰਹਾਲ ਇਹ ਜਿਹੜੀ ਸਰਦਾਰ ਹਿੰਦੁਸਤਾਨ 'ਚ ਆਏ ਨੇ ਨਾ, ਇਹ ਹਾਰੂਨ ਰਸ਼ੀਦ ਜਿਸ ਦੌਰ 'ਚ ਇੱਧਰ ਆਏ ਨੇ। ਪਹਿਲੇ ਕੁਛ ਰੂਸ ਦੀਆਂ ਰਿਆਸਤਾਂ, ਬੁਖਾਰਾ ਵਗੈਰਾ, ਉੱਥੇ ਉਸ ਤੋਂ ਬਾਅਦ ਅਫਗਾਨਿਸਤਾਨ, ਫਿਰ ਇੱਧਰ ਜਿੱਥੇ ਕਿਸੇ ਨੂੰ ਹੁਕਮ ਮਿਲਦਾ ਰਿਹਾ ਉਹਨਾਂ ਆ ਕੇ
ਇਸ ਸਿਲਸਿਲਾ ਤਬਲੀਗ ਸ਼ੁਰੂ ਕੀਤਾ। ਅਬਾਦ ਗੁਜ਼ਾਰ ਸਨ, ਦੁਨੀਆਂ ਨਾਲ ਮੁਹੱਬਤ ਨਹੀਂ ਸੀ। ਅੱਜ ਦੇ ਸੱਯਦ ਬਾਦਸ਼ਾਹ ਪਹਿਲੇ ਦੇਖਦੇ ਨੇ ਕਿ ਮੇਰਾ ਜਿਹੜਾ ਇਹ ਮਰੀਦ ਆਇਆ ਹੈ ਇਹਦੀ ਜੇਬ ਕਿੰਨੀ ਕੁ ਭਾਰੀ ਹੈ। ਫਿਰ ਜੋ ਮਰੀਦ ਹੈ ਅਤੇ ਜੇ ਉਹ ਮੁਹਤਾਜ ਹੈ, ਵਿਚਾਰਾ ਗਰੀਬ ਹੈ, ਰੋਟੀ ਤੋਂ ਵੀ ਤੰਗ ਹੈ, ਅਤੇ ਸੱਯਦ ਸਾਹਿਬ ਦਾ ਰਵੱਈਆ ਵੀ ਵੈਸਾ ਹੀ ਹੈ। ਲੇਕਿਨ ਉਹ ਆਲੇ ਰਸੂਲ ਜਿਹੜਾ ਕੋਈ ਆਉਂਦਾ ਸੀ ਉਹਨੂੰ ਦੇਂਦੇ ਹੀ ਸਨ, ਲੈਂਦੇ ਕਿਸੇ ਕੋਲ ਨਹੀਂ ਸਨ। ਬੜੇ ਉਹਨਾਂ ਦੇ ਵਾਕਿਆਤ ਨੇ। ਬਹਰਹਾਲ ਸ਼ੀਆਂ ਦੇ ਉੱਤੇ ਬੜਾ ਸਖ਼ਤ ਦੌਰ ਗੁਜ਼ਰਿਆ। ਇਸ ਤੋਂ ਪਹਿਲੇ ਅਬੂ ਸੁਫਿਆਨ ਦੀ ਔਲਾਦ ਜੇ ਕਿਸੇ ਦੇ ਨਾਂ ਦੇ ਨਾਲ ਅਲੀ ਹੁੰਦਾ ਸੀ ਉਹਨੂੰ ਕਤਲ ਕਰ ਲੈਂਦੇ ਸਨ। ਔਰ ਇਹਦਾ ਸਬੂਤ ਮੈਂ ਕਿਤਾਬ ਦੀ ਤਰਫ ਨਹੀਂ ਜਾਵਾਂਗਾ, ਹਰ ਕਿਤਾਬਾਂ ਜਿਹੜਾ ਸੁੰਜਮਾ ਦੇ ਲਿਖਿਆ ਹੈ, ਲੇਕਿਨ ਜਿਸ ਵਕਤ ਇਮਾਮ ਹੁਸੈਨ ਅਲੈਹਿ ਸਲਾਮ ਦਾ ਸਰੇ ਅਕਦਸ ਕੂਫੇ ਇਬਨ ਜ਼ਿਆਦ ਕੋਲ ਪਹੁੰਚਿਆ, ਇਬਨ ਜ਼ਿਆਦ ਉਦੋਂ ਖਾਣਾ ਖਾ ਰਿਹਾ ਸੀ, ਆਪ ਜੇ ਮੁਬਾਰਕ ਸਾਨੂੰ ਉਹਨੇ ਸੀੜੀਆਂ ਦੇ ਥੱਲੇ ਰਖਵਾ ਤਾ, ਖਾਣੇ 'ਚ ਮਸ਼ਹੂਰ ਰਿਹਾ, ਖਾਣੇ ਤੋਂ ਖਤਮ ਹੋਇਆ, ਕੈਦੀਆਂ ਦੇ ਨਜ਼ਰ ਮਾਰੀ, ਇਮਾਮ ਜ਼ੈਨੁਲ ਆਬਦੀਨ ਅਲੈਹਿ ਸਲਾਮ ਦੀ ਜ਼ਾਤ 'ਚ ਨਜ਼ਰ ਪਈ। ਪਹਿਲੇ ਉਹਨੇ ਅਫਸੋਸ ਕੀਤਾ ਕਿ ਤੂੰ ਕਿਸਾਂ ਬਚ ਗਿਆ ਹੈ, ਫਿਰ ਉਹਨੇ ਨਾਂ ਪੁੱਛਿਆ, ਆਪਣੇ ਆਪਣਾ ਨਾਂ ਅਲੀ ਦੱਸਿਆ। ਉਹਨੇ ਆਖਿਆ ਅਲੀ ਚੱਕਰ ਬੜਾ ਚ ਸ਼ਹੀਦ ਹੋ ਗਿਆ, ਤੂੰ ਅਲੀ ਵੀ? ਉਹਨੇ ਆਖਿਆ ਹਾਂ, ਮੇਰੇ ਬਾਬੇ ਦਾ ਅਰਸ਼ਾਦ ਤੂੰ ਖੁਦ ਸੁਣਿਆ ਹੈ, ਤੈਨੂੰ ਪਤਾ ਹੈ ਕਿ ਉਹਨਾਂ ਨੇ ਅਰਸ਼ਾਦ ਫਰਮਾਇਆ ਸੀ ਕਿ ਮੈਨੂੰ ਅੱਲਾਹ ਤਬਾਰਕ ਤਾਲਾ 100 ਬੇਟੇ ਦੇਵੇ, ਮੈਂ 100 ਦਾ ਹੀ ਨਾਂ ਅਲੀ ਰੱਖਾਂਗਾ।
ਜਾਣੀ ਕਿ ਅਲੀ ਨਾਂ ਰੱਖਣਾ ਵੀ ਜੁਰਮ ਸੀ। ਉਹ ਵੀ ਦੌੜ ਗਿਆ ਉਸ ਤੋਂ ਬਾਅਦ ਫਿਰ ਪਾਕਿਸਤਾਨ ਵਿੱਚ ਜ਼ਿਆਲ ਹੱਕ ਦਾ ਦੌਰ ਆਇਆ। ਜ਼ਿਆਲ ਹੱਕ ਕਿਉਂਕਿ ਰਾਈ ਫੈਮਿਲੀ ਨਾਲ ਦਲ ਰੱਖਦਾ ਸੀ, ਪਿਓ ਇਹਨਾਂ ਮਸਜਿਦ ਦਾ ਮੌਲਵੀ ਸੀ, ਔਰ ਪੱਟੂ ਨੂੰ ਇਹਨੇ ਫਾਂਸੀ ਵੀ ਦਿੱਤੀ ਸੀ, ਸਾਰੇ ਜਾਣਦੇ ਨੇ। ਇਹਦੇ ਦੌਰ ਵਿੱਚ ਜਿਸ ਦੇ ਨਾਂ ਦੇ ਨਾਲ ਅਲੀ ਸੀ ਜਿਤਨਾ ਵੀ ਉਹ ਕਾਬਲ ਸੀ, ਉਹਦੇ ਕੋਲ ਤਾਲੀਮ ਹੈ ਸੀ, ਲੇਕਿਨ ਆਰਮੀ 'ਚ ਉਹਨੇ ਉਹਨਾਂ ਨੂੰ ਕਮਿਸ਼ਨ ਨਹੀਂ ਲੈਣ ਦਿੱਤਾ, ਰਿਜੈਕਟ ਕਰਕੇ ਉਹਨੂੰ ਵਾਪਸ ਭੇਜਣਾ। ਹੱਜ 'ਤੇ ਵੀਜ਼ੇ ਨਹੀਂ ਦੇਣੇ ਔਰ ਇਹਨਾਂ ਨੂੰ ਮੁਸਲਮਾਨ ਵੀ ਨਹੀਂ ਸਮਝਣਾ, ਇਹ ਕਾਫਰ ਨੇ। ਇਹ ਵੀ ਦੌਰ ਗੁਜ਼ਰਿਆ। ਇਹ ਮੈਂ ਤੁਹਾਨੂੰ ਪਿਛਲਾ ਜਿਹੜਾ ਨਾ ਇਹ ਥੋੜ੍ਹਾ ਜਿਹਾ ਜਿਹੜਾ ਬਰੀਫ ਕਰ ਰਿਹਾ, ਥੋੜ੍ਹਾ ਥੋੜ੍ਹਾ ਦੱਸ ਰਿਹਾ ਵਾਂ, ਇਸ ਵਾਸਤੇ ਅਰਜ਼ ਕਰ ਰਿਹਾ ਕਿ ਤੁਹਾਡੇ ਜ਼ਿਹਨ ਵਿੱਚ ਹੋਵੇ ਕਿ ਅੱਜ ਅਗਰ ਅਸੀਂ ਸ਼ੀਆਂ ਨੇ ਹੈਦਰ ਕਰਾਰ ਹੈ ਹਾਂ ਤਾਂ ਸਾਡੇ ਜਿਹੜੇ ਪਹਿਲੇ ਬੜੇ ਸਨ, ਬਜ਼ੁਰਗ ਸਨ, ਆਲੇ ਮੁਹੰਮਦ ਦੇ ਆ ਇਸਲਾਮ ਨੂੰ ਬਚਾਉਣ ਵਾਸਤੇ ਕੁਰਬਾਨੀਆਂ, ਉਹਨਾਂ ਦਾ ਜ਼ਿਕਰ ਕੀਤਾ ਜਾਂਦਾ, ਅਸੀਂ ਸੁਣਦੇ ਹਾਂ। ਲੇਕਿਨ ਜਿਹੜੇ ਉਹਨਾਂ ਦੇ ਮੁਹਿੱਬ ਸਨ, ਪੈਰੋਕਾਰ ਸਨ, ਮੌਲਾ ਦੇ ਸ਼ੀਆ ਸਨ, ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾਂਦਾ? ਬਸ ਸਾਡੇ ਬੱਚਿਆਂ ਕੋਲ ਇਸ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਗੈਰ ਸ਼ੀਆ ਹੈ ਨਾ ਉਹਦੇ ਕੋਲੋਂ ਪੁੱਛੋ ਕਿਉਂ ਵੀ ਪੈਂਟਲ ਪਾਰ ਦੀ ਮਾਣ ਰੱਖਣਾ ਹੈ, ਉਹ ਆਖੇਗਾ ਮਾਲਾ ਮੇਰੇ ਤੋਂ ਵੱਧ ਕੇ ਕੋਈ ਬਾਈਮਾਨ ਹੈ ਹੀ ਨਹੀਂ, ਮੈਂ ਤਾਂ ਪੰਚਨ ਪਾਕ ਦਾ ਖਾਦਮ, ਮੈਂ ਪੰਚਨ ਪਾਕ ਦਾ ਨੌਕਰ। ਜੇ ਨਾ ਪੁੱਛੋਗੇ ਤੂੰ ਆਖੇਗਾ ਪਹਿਲਾ ਪੰਚਨ ਪਾਕ ਅੱਲਾ, ਦੂਸਰਾ ਮੁਹੰਮਦ, ਤੀਜਾ ਅਲੀ, ਉਸ ਤੋਂ ਬਾਅਦ ਫਿਰ ਅਲੀ ਵੀ ਕਿਹੜਾ ਚੌਥੇ ਨੰਬਰ 'ਤੇ ਆਏਗਾ। ਬਹਰਹਾਲ ਉਹ
ਹਜ਼ਰਤ ਉਮਰ, ਹਜ਼ਰਤ ਬਕਰ, ਹਜ਼ਰਤ ਉਸਮਾਨ ਨੂੰ ਵੀ ਪੰਜ ਤਨ ਪਾਕ ਵਿੱਚ ਲਿਆਏਗਾ। ਅਤੇ ਅੱਜ ਸਾਡੇ ਬੱਚੇ ਜਿਹੜੇ ਨੇ ਨਾ, ਇਹ ਵੀ ਕੰਪਿਊਟਰ ਵੇਖ ਕੇ, ਮੋਬਾਈਲ ਦੇਖ ਕੇ, ਉਹਨਾਂ ਦੇ ਕਦੇ ਪੜ੍ਹ ਕੇ ਇਸ ਲਾਈਨ 'ਤੇ ਜਾ ਰਹੇ ਨੇ। ਅਤੇ ਸਾਡੇ 'ਤੇ ਫਰਜ਼ ਆਇਦ ਹੁੰਦਾ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਇਸ ਲਹਿਰ ਤੋਂ ਬਚਾਈਏ। ਵਾਲਦਿਆਂ ਦੀ ਜ਼ਿੰਮੇਵਾਰੀ ਜਿਹੜੀ ਨਾ, ਉਹਨਾਂ ਨੂੰ ਦੱਸੀਏ। ਲੇਕਿਨ ਅਫਸੋਸ, ਬਹੁਤ ਹੀ ਅਫਸੋਸ ਹੈ ਕਿ ਜਿਹੜੇ ਮਿੰਬਰ ਦੇ ਹਜ਼ਰਾਤ ਤਸ਼ਰੀਫ ਲੈ ਕੇ ਆਉਂਦੇ ਨੇ, ਉਹਨਾਂ ਨੂੰ ਆਪਣੇ ਪੇਟ ਦਾ ਹੀ ਫਿਕਰ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਕਿਸੇ ਸੱਜਣ ਸ਼ੀਆ ਹੋਵੇ ਨਾ, ਉਹਦੇ ਕੋਲ ਕੰਮ ਲੈਣਾ ਹੋਵੇ, ਰਿਸ਼ਵਤ ਦੇਈਏ ਨਾ, ਉਹਨੂੰ ਇਹ ਨਹੀਂ ਆਉਂਦੇ ਆ ਮੈਂ ਤੁਹਾਡੀ ਖਿਦਮਤ ਕਰਨ ਲੱਗ ਲਓ। ਇਹ ਤੁਹਾਨੂੰ ਜਿਹੜਾ ਨਾ, ਇਹ ਇਮਾਮ ਪਾਕ ਦਾ ਹੁਮਸ ਹੈ, ਹੁੰਦੀ ਰਿਸ਼ਵਤ ਹੈ, ਲੇਕਿਨ ਨਾ ਹੁਮਸ ਆ ਕੇ ਉਹ ਵੀ ਖੁਸ਼ ਹੋ ਕੇ ਪੜ੍ਹ ਲੈਂਦਾ, ਮੈਂ ਵੀ ਪੜ੍ਹ ਲੈਂਦਾ ਕਿ ਮੈਨੂੰ ਪਤਾ ਉਹਨਾਂ ਦੀ ਦੌਲਤ ਕਿਹਦੀ ਹੈ, ਲੇਕਿਨ ਜਦੋਂ ਉਹਨਾਂ ਦੀ ਸ਼ਾਦੀ ਹੈ ਹੁਮਸ ਹੈ, ਹੁਣ ਮੈਂ ਇਨਕਾਰ ਨਹੀਂ ਕਰਦਾ ਕਿ ਕਿਸੇ ਮੌਲਾ ਨਾਰਾਜ਼ ਨਾ ਹੋ ਜਾਣ, ਮੇਰੀ ਕੋਈ ਨੀਅਤ ਹੋਰ ਹੁੰਦੀ ਹੈ। ਮੈਂ ਹੀ ਅਸੀਂ ਇਹਨਾਂ ਬੱਚਿਆਂ ਦੇ ਕਿਤਾਬਾਂ 'ਚ ਕੁਛ ਪੜ੍ਹਦੇ ਨੇ, ਘਰ ਆਉਂਦੇ ਨੇ, ਦਰਸੇ ਹੁਸੈਨ ਹੀ ਜਾਂਦੇ ਨੇ ਅਤੇ ਕੁਛ ਸੁਣਦੇ ਨੇ, ਫਿਰ ਇਹਨਾਂ ਦੇ ਜਿਹਨਾਂ ਦੇ ਵਿੱਚ ਮੁਖਤਲਿਫ ਸਵਾਲਾਤ ਪੈਦਾ ਹੁੰਦੇ ਨੇ। ਔਰ ਇਹ ਅੱਜ ਤੋਂ ਨਹੀਂ, ਪਹਿਲੇ ਵੀ ਹੁੰਦਾ ਸਨ। ਮੇਰੇ ਨਾਲ ਆਪਣਾ ਜਿਹੜਾ ਨਾ ਇਹ ਹੋਇਆ ਕਿ ਮੇਰਾ ਬੱਚਾ ਰਾਮਲੀਲਾ ਸਿਰ ਕੈਨੇਡਾ ਹੈ, ਉਹ ਕਾਲਜ ਪੜ੍ਹਦਾ ਸੀ, ਉਹਨੇ ਮੈਨੂੰ ਆਖਿਆ ਕਿ ਅੱਬੂ ਮੈਨੂੰ ਇਹ ਦੱਸੋ, ਇਹ ਜਿਨ੍ਹਾਂ ਨੂੰ ਤੁਸੀਂ ਆਉਂਦੇ ਹੋ ਕਿ ਉਹਨਾਂ ਆਲੇ ਮੁਮਨ ਬੜੇ ਜ਼ੁਲਮ ਕੀਤੇ ਨੇ, ਕਿਆ ਉਹਨਾਂ ਕਲਮਾ ਨਹੀਂ ਜੀ ਪੜ੍ਹਿਆ, ਕਿਆ ਉਹਨਾਂ ਨਬੀ ਪਾਕ ਨਾਲ ਜਹਾਦ ਮਿਲ ਕੇ ਜਹਾਦ ਨਹੀਂ ਕੀਤੇ, ਅਤੇ ਜਿਹਨੇ ਕਲਮਾ ਪੜ੍ਹ ਲਿਆ ਉਹ ਆਲੇ ਮੁਹੰਮਦ 'ਤੇ ਜ਼ੁਲਮ ਕਿਸ ਤਰ੍ਹਾਂ ਕਰ ਸਕਦਾ, ਨਬੀ ਘਰ ਨਬੀ ਦੀ ਔਲਾਦ ਉੱਤੇ ਜ਼ੁਲਮ ਕਿਸ ਤਰ੍ਹਾਂ ਕਰੇਗਾ, ਕਿਉਂਕਿ ਸਾਡੇ ਜ਼ਿਹਨਾਂ 'ਚ ਪਾਇਆ ਗਿਆ ਹੈ। ਅੱਜ ਵੀ ਤੁਹਾਡੇ ਦੋਸਤ ਬਾਪ ਵੱਡੇ ਜਿਹਨਾਂ ਬਹਿੰਦੇ ਉੱਠਦੇ ਸੀ, ਉਹ ਇਹ ਆਖਣਗੇ ਜੇ ਪੰਜ ਪਾਕ ਦੇ ਉੱਤੇ ਜ਼ੁਲਮ ਕਰਦੇ ਨੇ, ਜਿਹਨਾਂ ਪੰਜ ਤਨ ਪਾ 'ਚ ਜ਼ਿਆਦਤੀ ਕੀਤੀ ਹੈ। ਹਾਂਜੀ ਕੁਛ ਨਹੀਂ ਜੀ ਸ਼ਾਇਦ ਬੇਟਾ,
ਉਹ ਤੇ ਮੁਸਲਮਾਨ ਹੀ ਨਹੀਂ, ਅਸੀਂ ਵੀ ਜਾਣੇ ਹਾਂ, ਅਸੀਂ ਜਾਣੇ ਹਾਂ ਤੇ ਸਾਨੂੰ ਜੇਲ੍ਹ ਦਾ ਦਰਵਾਜ਼ਾ ਵਿਖਾ ਦਿੰਦੇ ਨੇ, ਆਪ ਆ ਦੇਣ ਜੋ ਮਰਜ਼ੀ ਪੈ ਆਖਣ। ਸਭ ਤੋਂ ਪਹਿਲੇ ਆਕਾ ਦੀ ਤੁਹੀਨ ਕਰਨ ਵਾਲੇ ਕਲਮਾ ਗੋਣ ਹੈ। ਕਿਤਾਬਾਂ ਦੇਖੋ ਤੁਸੀਂ ਪਹਿਲੀਆਂ, ਉਹ ਖਰਾਫਾਤ ਦੇ ਕਿਤਾਬਾਂ 'ਚ ਕਿ ਯਕੀਨ ਕਰੋ ਕਿ ਅੱਜ ਮਾਮੂਲੀ ਜਿਹਾ ਸਾਡੇ ਕੋਲ ਇਸਲਾਮ ਹੈ, ਲੇਕਿਨ ਉਹ ਹਰਕਤਾਂ ਅਸੀਂ ਵੀ ਨਹੀਂ ਕਰਦੇ। ਹੁਣ ਇਹਨਾਂ ਦੀ ਸਹੀ ਬੁਖਾਰੀ ਦੇ ਵਿੱਚ ਨਬੀ ਪਾਕ ਦੀ ਔਰ ਮੁਸਲਮਾਨਾਂ ਦੀ ਮਾਂ ਦੀ ਦੌੜ ਦਾ ਮੁਕਾਬਲੇ ਵਿਖਾ ਲੈਂਦੇ ਨੇ। ਕਿਆ ਇਹ ਨਬੂਵਤ ਦੀ ਸ਼ਾਨ ਦੇ ਖਿਲਾਫ ਨਹੀਂ ਕਿ ਨਬੀ ਆਪਣੀਆਂ ਬੀਵੀਆਂ ਦੇ ਨਾਲ ਦੌੜਾਂ ਦੀ ਇੱਜ਼ਤ ਲਾ ਕੇ ਕਦੀ ਜਿੱਤੇ ਕਦੀ ਹਾਰੇ? ਕਮਾਲ ਹੋ ਗਈ ਐਸੇ ਨਬੀ ਨੇ। ਅੱਜ ਲੋਕ ਗੈਰ ਮੁਸਲਿਮ ਉਹਨਾਂ ਦੇ ਦਿਲਾਂ 'ਚ ਇਸਲਾਮ ਦੀ ਤੜਪ ਹੈ, ਉਹ ਕਲਮਾ ਪੜ੍ਹਨ ਦੇ ਉੱਤੇ ਤਿਆਰ ਨੇ, ਲੇਕਿਨ ਜਦੋਂ ਇਹ ਕਿਤਾਬਾਂ ਪੜ੍ਹਦੇ ਨੇ ਉਸ ਵਕਤ ਉਹ ਬਿਲਬਲਾਉਂਦੇ ਨੇ ਕਿ ਅਗਰ ਇਹ ਇਸਲਾਮ ਹੈ ਤਾਂ ਫਿਰ ਸਾਡੇ ਸੱਤ ਸਲਾਮ ਨੇ। ਵਾਅਦਾ ਨੀਅਤ ਇਹਨਾਂ ਕੋਲ ਤੇ ਠੀਕ ਹੈ, ਕੁਰਾਨ ਵਿੱਚ ਅੱਲਾਹ ਤਾਲਾ ਅਖੀਰ 'ਚ ਜਨਮ ਕੋਲ ਪੁੱਛੇਗਾ ਕਿ ਭਰ ਗਏ, ਉਹ ਆਖੇਗਾ ਨਹੀਂ ਮਜ਼ੀਦ ਹੋਰ, ਹੁਣ ਮਖਲੂਕ ਖਤਮ ਹੋਈ ਹੋਏਗੀ, ਜੰਨਤੀ ਜੰਨਤ ਜਾ ਚੁੱਕੇ ਹੋਣਗੇ, ਜਨਮੀ ਜਨਮ ਜਾਣਗੇ, ਅੱਲਾ ਵੇਖੇਗਾ ਮੇਰਾ ਕੋਈ ਬੰਦਾ ਮਖਲੂਕ ਹੁਣ ਨਹੀਂ ਰਹਿ ਗਿਆ, ਆਪਣਾ ਪੈਰ ਰੱਖ ਦੇਗਾ ਜਨਮ ਵਿੱਚ। ਅਤੇ ਜਨਮ ਕੜ ਕੜ ਆ ਕੇ ਗਈ, ਵਾਹ 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 ਬਸ ਬਸ ਵਾਹਦਾ ਨੀਅਤ ਦਾ ਇਹਨਾਂ ਕੋਲ ਇਹ ਹਾਲ ਹੈ। ਫਿਰ ਜਦੋਂ ਅਦਾਲਤ ਲੱਗੇਗੀ ਇਹਨਾਂ ਦੇ ਜ਼ਿਹਨ 'ਚ ਮੇਰਾ ਖਿਆਲ ਹੈ ਕਿ ਆਪਣੀ ਅਦਾਲਤਾਂ ਦਾ ਨਕਸ਼ਾ ਹੋਏਗਾ ਕਿ ਅੱਲਾ ਮੀਆਂ ਨੂੰ ਕੁਰਸੀ 'ਤੇ ਬਿਠਾ ਦੇਣਗੇ, ਕੁਰਸੀ ਚੜ੍ਹ ਚੜ੍ਹ ਕਰੇਗੀ, ਕਿਉਂਕਿ ਇੰਨਾ ਫਿਰ ਅੱਲਾ ਮੀਆਂ ਦਾ ਬੋਝ ਹੋਏਗਾ। ਲੇਕਿਨ ਇਸ ਤੋਂ ਇਲਾਵਾ ਜਦੋਂ ਕਿ ਮੈਂ ਨਾ ਇਹ ਮੌਲਵੀ ਇਹ ਗੱਲ ਕਰ ਲਿਆ, ਮੈਂ ਤੁਹਾਨੂੰ ਇੱਕੋ ਹੀ ਆਉਣਾ ਹੁੰਦਾ
ਤੂੰ ਮੈਨੂੰ ਇਹ ਦੱਸ ਫਿਰ ਕੁਰਸੀ ਪਹਿਲੇ ਸੀ ਕਿ ਅੱਲਾ ਪਹਿਲੇ ਸੀ? ਕਿਉਂਕਿ ਜੋ ਕੁਰਸੀ ਦੇ ਉੱਤੇ ਅੱਲਾ ਨੂੰ ਨੀਆਂ ਨੂੰ ਬਿਠਾ ਦਿੱਤਾ ਹੈ, ਅਤੇ ਇਹਦਾ ਮਤਲਬ ਇਹ ਤਾਂ ਹੋਣਾ ਚਾਹੀਦਾ, ਵਜੂਦ ਵੇਖਣਾ ਚਾਹੀਦਾ ਕਿ ਕੁਰਸੀ ਪਹਿਲੇ ਸੀ ਜਾਂ ਅੱਲਾ ਪਹਿਲੇ ਸੀ। ਜੇ ਅਰਸ਼ੇ ਬੜੀਨ ਨੂੰ ਇਹਨਾਂ ਨੇ ਇਹ ਲੈ ਲਿਆ ਕਿ ਇੱਕ ਤਖ਼ਤ ਹੈ, ਉਸ 'ਤੇ ਅੱਲਾ ਮੀਆਂ ਬੈਠਾ, ਫਰਿਸ਼ਤਿਆਂ ਨੇ ਚੁੱਕਿਆ ਹੋਇਆ, ਇੱਕ ਐਰੇ ਸੁਣਨ ਤੋਂ ਬਾਅਦ ਜਮਈਅਤ ਦੇ ਬਹੁਤ ਬੜੇ ਆਲਮ ਗੁਜ਼ਰੇ ਨੇ, ਅਬੀ ਅਲ ਹਦੀਦ ਉਹਨਾਂ ਦਾ ਨਾਂ ਹੈ, ਉਹ ਇਹ ਮੰਨਦੇ ਨੇ, ਉਹਨਾਂ ਨੇ ਨਹਿਜੁਲ ਬਲਾਗਾ ਵੀ ਲਿਖੀ ਹੈ, ਉਹ ਆਨੇ ਕਿ ਅਗਰ ਅਲੀ ਨਾ ਹੁੰਦੇ ਸਾਨੂੰ ਬਸ ਨੀਚੇ ਤਾਂ ਪਤਾ ਹੀ ਨਹੀਂ ਚੱਲਣਾ। ਹੁਣ ਜਿਹੜੇ ਮੌਲੇ ਕੈਨਾਤ ਦੇ ਪੈਰੋਕਾਰ ਨੇ ਉਹਨਾਂ ਨੂੰ ਮੁਸਲਮਾਨ ਅੱਜ ਵੀ ਨਹੀਂ ਮੰਨਦੇ ਪਏ, ਉਹਨਾਂ ਨਾਲ ਨਫ਼ਰਤ ਕਰਦੇ ਨੇ, ਕਿਉਂਕਿ ਇਮਾਮ ਸਾਹਿਬ ਅਸਰੇ ਵਜ਼ਮਾਨ ਅਲੈਹ ਸਲਾਮ ਦਾ ਨੂਰਾਨੀ ਇਰਸ਼ਾਦ ਹੈ ਕਿ ਜੀਓ, ਅਗਰ ਮੇਰਾ ਸ਼ਫਕਤ ਦਾ ਹੱਥ ਤੁਹਾਡੇ ਸਿਰ 'ਤੇ ਨਾ ਹੋਵੇ, ਇਹ ਇੰਨਾ ਤੁਹਾਡੇ ਕੋਲ ਨਫ਼ਰਤ ਕਰਦੇ ਨੇ ਕਿ ਤੁਹਾਨੂੰ ਕਤਲ ਕਰਕੇ ਸਾੜ ਕੇ ਤੁਹਾਡੀ ਸਾਹ ਨੂੰ ਇਹ ਫੂਕ ਮਾਰ ਕੇ ਉਡਾ ਦੇਣ, ਲੇਕਿਨ ਮੇਰਾ ਸ਼ਫਕਤ ਹੱਥ ਇਹਨਾਂ ਨੂੰ ਇੰਨੀ ਜ਼ੁਰਤ ਨਹੀਂ ਕਰਨ ਦਿੰਦਾ, ਕਿਉਂਕਿ ਸਾਡੇ ਵਾਰਸ ਮੌਜੂਦ ਨੇ। ਔਰ ਇਹ ਵਾਰਸ ਇਹ ਇਮਾਮ ਇਹ ਅਸੀਂ ਹਾਦੀ ਆਪ ਨਹੀਂ ਬਣਾਏ, ਸਾਨੂੰ ਨਬੀ ਪਾਕ ਨੇ ਦਿੱਤੇ ਨੇ ਕਿ ਜਿਸ ਸਮੇਂ ਹਦੀਸ ਮੁਬਾਰਕਾ ਪੜ੍ਹੀ ਸ਼ੁਰੂ ਕੀਤੀ ਹੈ ਕਿ ਇਹਨਾਂ ਹੁਸੈਨ ਆ ਮਿਸਬਲ ਉਦਾ ਵਸਫੀਨਾ ਤੋਂ ਨਿਜਾਤ, ਕਿ ਯਕੀਨੰਦ ਹੁਸੈਨ ਦੀ ਜ਼ਾਤ ਤੁਹਾਨੂੰ ਵਾਜ਼ਿਆ ਤੌਰ ਦਿੱਤੇ ਖੁੱਲ੍ਹਮ ਖੁੱਲ੍ਹਾ, ਇਹ ਜਾਂ ਦਿਨ ਚੰਨ ਸੂਰਜ ਚੜ੍ਹਿਆ ਇਸ ਹਦਾਇਤ ਦੇ ਚਿਰਾਗ ਨੇ, ਔਰ ਜਿਸ ਤਰ੍ਹਾਂ ਜਨਾਬ ਨੂਹ ਅਲੈਹਿ ਸਲਾਮ ਦੀ ਕਿਸ਼ਤੀ ਦੇ ਜਿਹੜੇ ਸਵਾਰ ਹੋ ਗਏ ਸਨ ਉਹ ਗਰਕ ਔਰ ਹਲਾਕ ਹੋਣ ਤੋਂ ਬਚੇ ਸਨ। ਔਰ ਇਹ ਵੀ ਯਾਦ ਰੱਖੋ, ਤਾਰੀਖ ਨੂੰ ਵੀ ਮੱਦੇਨਜ਼ਰ ਰੱਖਿਆ ਕਰੋ ਕਿ ਜਦੋਂ ਸਾਰੇ ਆਏ ਨਾ ਕਿ ਇੱਕ ਕੋਨੇ 'ਚ ਸ਼ੈਤਾਨ ਵੀ ਆ ਕੇ ਖਲੋ ਗਿਆ,
ਜਨਾਬੇ ਨੂਰ ਅਲੈਹਿ ਸਲਾਮ ਦੀ ਉਹਨੇ ਨਜ਼ਰ ਪਈ, ਉਹ ਆਖਿਆ ਸ਼ੈਤਾਨ ਮਰਦੂਦ, ਤੂੰ ਅਜੇ ਵੀ ਮਗਰੋਂ ਨਹੀਂ ਲੱਥਿਆ, ਤੂੰ ਕਿਉਂ ਆਇਆ ਕਸ਼ਤੀ 'ਤੇ? ਇਹ ਜੋ ਕੁਛ ਹੋ ਰਿਹਾ ਇਹ ਤੇਰੇ ਕਰਤੂਤਾਂ ਤੋਂ ਹੋ ਰਿਹਾ, ਤੂੰ ਫਿਰ ਵੀ ਆ ਗਿਆ? ਉਹਨਾਂ ਕਿਹਾ ਕਿ ਅੱਲਾਹ ਦੇ ਰਸੂਲ, ਖਾਲਕ ਦਾ ਹੁਕਮ ਕਿ ਜਿਹੜਾ ਕਸ਼ਤੀ 'ਤੇ ਸਵਾਰ ਹੋਏਗਾ ਉਹ ਹੀ ਬਚੇਗਾ, ਬਾਕੀ ਕੋਈ ਨਹੀਂ ਬਚੇਗਾ। ਜਦੋਂ ਮੈਂ ਅੱਲਾਹ ਦਾ ਹੁਕਮ ਮੰਨ ਕੇ ਆ ਗਿਆ, ਹੁਣ ਅੱਲਾਹ ਦੇ ਹੁਕਮ ਦੇ ਅੱਗੇ ਉਹਨਾਂ ਨੂੰ ਨੁਮਾਇੰਦਾ ਜਾਤੀ ਨਾ ਕਰ ਸਕਦਾ। ਉਹਨੇ ਆਖਿਆ ਫਿਰ ਉਸ ਕੋਨੇ 'ਚ ਆਰਾਮ ਨਾਲ ਖੜ੍ਹਾ, ਕੋਈ ਸ਼ਰਾਰਤ ਨਾ ਕਰੇ, ਉਹ ਵੀ ਬਚ ਕੇ ਅੱਜ ਸਾਡੀ ਜਾਨ ਦੇ ਪਿੱਛੇ ਪਿਆ ਹੈ, ਨਹੀਂ ਤਾਂ ਹੋ ਜਾਂਦਾ ਗਰਕ ਸਾਡੀ ਜਾਨ ਛੁੱਟਦੀ। ਬਹਰਹਾਲ, ਲੇਕਿਨ ਅੱਲਾਹ ਉਹ ਆਡਰ ਜਨਾਬੇ ਨੂਰ ਅਲੈਹਿ ਸਲਾਮ ਦੇ ਬੇਟੇ ਨੂੰ ਬਾਪ ਦੇ ਸਾਹਮਣੇ ਗਰਕ ਕਰ ਲਿਆ। ਬਾਪ ਨੇ ਆਖਿਆ ਵੀ ਕਿ ਯਾ ਅੱਲਾਹ, ਮੇਰਾ ਬੇਟਾ। ਇਤਜਾਜ ਕੀਤੀ ਜਨਾਬ ਨੂਰ ਅਲੈਹਿ ਸਲਾਮ ਨੇ, ਇਲਤਜਾ ਕੀਤੀ ਕਿ ਖਾਲਕ ਮੇਰੇ ਬੇਟੇ 'ਤੇ ਰਹਿਮਦ ਕਰ। ਅੱਲਾਹ ਨੇ ਕੁਰਾਨ ਜੀ 'ਚ ਜੋ ਕੁਛ ਅਰਸ਼ਾਦ ਹੈ, ਇਹ ਨਹੀਂ ਆਖਿਆ ਕਿ ਤੇਰਾ ਬੇਟਾ ਨਹੀਂ, ਅੱਗੋਂ ਜਵਾਬ ਦਿੱਤਾ ਇਸ ਦੇ ਅਮਲ ਸਾਲਿਆ ਨੇ। ਸਾਲਿਆ ਅਮਲ ਉਹਨੂੰ ਆਉਂਦੇ ਨੇ ਕੁਰਾਨ ਮਜੀਦ ਵਿੱਚ, ਉਹ ਅਮਲ ਜਿਹੜੇ ਕਿ ਮੰਜ਼ਲੇ ਮਕਸੂਦ 'ਤੇ ਪਹੁੰਚਾਉਣ। ਹੁਣ ਸਾਡੀ ਮੰਜ਼ਲੇ ਮਕਸੂਦ ਕੀ ਹੈ? ਕਿ ਜੰਨਤ ਮਿਲ ਜਾਏ, ਇਹੀ ਹੈ ਨਾ। ਜਿਹੜੇ ਅਮਲ ਸਾਨੂੰ ਆਲੇ ਮੁਹੰਮਦ ਦੀ ਇਤਬਾਹ 'ਚ ਰੱਖ ਕੇ ਜੰਨਤ 'ਚ ਲੈ ਕੇ ਜਾਣ, ਉਹਨੂੰ ਆਖਾਂਗੇ ਅਮਲੇ ਸਾਲਿਆ। ਹਾਲਾਂਕਿ ਉਹਨੇ ਕੋਈ ਗੁਨਾਹ ਨਹੀਂ ਸੀ ਕੀਤਾ, ਸਿਰਫ ਆਪਣੇ ਬਾਪ ਰਸੂਲ ਦਾ ਹੁਕਮ ਨਾ ਮੰਨਿਆ, ਕਿ ਉਹਨਾਂ ਨਾਲ ਚਾਰ ਫਰਮਾਇਆ ਸੀ ਕਹਿ ਲੋਗੋ, ਅਗਰ ਬਚਣਾ ਹੈ, ਮੌਤ ਤੋਂ ਮਹਫੂਜ਼ ਰਹਿਣਾ ਤਾਂ ਕਸ਼ਤੀ ਦੇ ਉੱਤੇ ਸਵਾਰ ਹੋ ਜਾਓ। ਜਿਹੜੇ ਹੋ ਗਏ ਬਚ ਗਏ, ਨਬੀ ਦਾ ਬੇਟਾ ਨਹੀਂ ਹੋਇਆ, ਗਰਕ ਹੋਇਆ, ਮਰ ਗਿਆ। ਅੱਲਾਹ ਤਬਾਰਕ ਤਾਲਾ ਦੀ ਜ਼ਾਤ ਜਿਹੜੇ ਸਾਡੇ ਜ਼ਿਹਨਾਂ 'ਚ ਇਹ ਸ਼ੈਤਾਨ ਨੇ ਪਾੜਤਾ ਹੈ ਨਾ, ਕਿ ਅਸੀਂ ਜ਼ਿਕਰ ਸੁਣਨੇ ਹਾਂ, ਜ਼ਿਕਰ ਕਰਾਉਣੇ ਹਾਂ, ਜ਼ਿਕਰ ਪੜ੍ਹਨੇ ਹਾਂ, ਮਾਤਬ ਕਰਨੇ ਹਾਂ, ਅਜ਼ਾਦਾਰਾਂ ਦੀ ਖਿਦਮਤ ਕਰਨੇ ਹਾਂ, ਅਤੇ ਜੰਨਤ ਹੈ ਹੀ ਸਾਡੀ।
ਜਿਨਾਬ ਮੂਸਾ ਅਲੈਹ ਸਲਾਮ ਦੀ ਕੌਮ ਕੁਰਾਨ ਸਾਨੂੰ ਦੱਸ ਰਿਹਾ, ਉਹਨਾਂ ਦਾ ਵੀ ਇਹ ਨਜ਼ਰੀਆ ਸੀ ਔਰ ਅੱਜ ਵੀ ਇਹ ਕਿ ਜੰਨਤ ਸਿਰਫ ਅਸੀਂ ਜਾਵਾਂਗੇ, ਜੰਨਤੀ ਅਸੀਂ ਹਾਂ, ਬਾਕੀ ਕਿਸੇ ਨੂੰ ਜੰਨਤ ਦੀ ਖੁਸ਼ਬੂ ਵੀ ਨਹੀਂ ਆਏਗੀ। ਕਿਉਂ? ਕਿਸੇ ਦਾ ਭਰਾ ਨਬੀ ਸੀ, ਕਿਸੇ ਦਾ ਚਾਚਾ ਨਬੀ, ਕਿਸੇ ਦਾ ਪਿਓ ਨਬੀ, ਬੜੇ ਉਹਦੇ ਨਬੂਵਤਾਂ ਆ ਰਹੀਆਂ ਸਨ। ਅੱਲਾ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਅਗਰ ਜੰਨਤ ਤੁਹਾਡਾ ਹੀ ਹੈ, ਤੁਹਾਡੇ ਵਾਸਤੇ ਵੇ, ਫਿਰ ਮੌਤ ਦੀ ਤਮੰਨਾ ਕਰੋ, ਮਰ ਕੇ ਆਓ ਮੇਰੇ ਕੋਲ, ਮੈਂ ਫਿਰ ਤੁਹਾਨੂੰ ਦੱਸਾਂਗਾ ਤੁਸੀਂ ਜੰਨਤ ਜੇ ਕਿ ਜਨਮ ਜੇ। ਕਿਉਂਕਿ ਅੱਲਾ ਦਾ ਇਹ ਸੁਨਤ ਹੈ, ਕਾਨੂੰਨ ਹੈ, ਅੱਲਾ ਆਪਣੇ ਕਾਨੂੰਨ ਤੋਂ ਖਿਲਾਫ ਨਹੀਂ ਚੱਲਦਾ। ਇਹ ਸਾਡੇ ਹੀ ਸਰਬਰਾਹ ਹੁੰਦੇ ਨੇ ਕਿ ਆਪਣੇ ਕਾਨੂੰਨ ਹੋਰ, ਗਰੀਬ ਗੁਰਬੇ ਦੀ ਕਾਨੂੰਨ ਹੋਰ, ਆਪੇ ਕਾਨੂੰਨ ਬਣਾਉਣਾ, ਆਪੇ ਹੀ ਉਸਨੂੰ ਤੋੜਨਾ। ਅੱਲਾ ਨੇ ਪਹਿਲੇ ਦਿਨ ਹੀ ਆਖਿਆ ਕਿ ਦੇਖੋ ਜੋ ਮੈਂ ਵਹੀ ਕਰਾਂਗਾ ਉਸ 'ਤੇ ਤੁਸੀਂ ਅਮਲ ਕਰਨਾ, ਫਿਰ ਜਦੋਂ ਮਰ ਕੇ ਮੇਰੇ ਕੋਲ ਆਓਗੇ ਮੈਂ ਤੁਹਾਡਾ ਉਦੋਂ ਫੈਸਲਾ ਕਰਾਂਗਾ ਕਿ ਕਿਹੜਾ ਤੁਹਾਡੇ 'ਚ ਸਾਹਿਬੇ ਇਮਾਨ ਸੀ, ਕਿਹੜਾ ਜੰਨਤੀ ਸੀ, ਕਿਹੜਾ ਜਹਨਮੀ ਸੀ। ਔਰ ਅੱਜ ਵੀ ਅੱਲਾ ਤਬਾਰਕ ਤਾਲਾ ਨੇ ਲਾਲ ਰਹਿਬ ਕਿਤਾਬ ਚ ਅਜ਼ਮਾਇਆ ਕਿ ਜ਼ਿੰਦਗੀ ਔਰ ਮੌਤ ਮੈਂ ਖਲਕੀ ਇਸ ਵਾਸਤੇ ਕੀਤੀ ਹੈ ਕਿ ਤੁਹਾਡੀ ਅਜ਼ਮਾਇਸ਼ ਕਰ ਲਵਾਂ, ਕਿਹੜਾ ਸਾਹਿਬਾਂ ਨੇ ਇਮਾਨ ਹੋ ਕੇ ਨੇਕ ਅਮਲ ਕਰ ਰਿਹਾ ਔਰ ਕਿਹੜਾ ਬੁਰੇ ਅਮਲ ਕਰ ਰਿਹਾ, ਜ਼ਾਲਮ ਕੌਣ ਹੈ, ਮਜ਼ਲੂਮ ਕੌਣ ਹੈ। ਅੱਲਾ ਜ਼ਾਲਮ ਨੂੰ ਪਸੰਦ ਨਹੀਂ ਕਰਦਾ, ਇਹ ਜ਼ਿਹਨ 'ਚ ਰੱਖੋ ਕਿ ਅੱਲਾ ਉਹ ਜ਼ਾਤ ਹੈ, ਉਹ ਆਡਲ ਹੈ ਕਿ ਜਿਸ ਨੇ ਆਪਣੇ ਨੂਰ ਰਸੂਲ ਦੇ ਬੇਟੇ ਨੂੰ ਗੈਰ ਸਾਲੇ ਅਮਲਾਂ ਨੂੰ ਗਰਕ ਕੀਤਾ ਪਾਣੀ 'ਚ, ਉਹ ਕੋਈ ਰਿਸ਼ਤੇ ਨਹੀਂ ਦੇਖੇਗਾ ਕਿ ਰਸੂਲ ਦੀ ਬੇਗਮਾਂ ਨੇ ਇਹਨਾਂ ਰਸੂਲ ਨਾਲ ਇਹ ਰਿਸ਼ਤੇਦਾਰੀ ਹੈ, ਇਹਨਾਂ ਰਸੂਲ ਦੇ ਨਾਲ ਇਹ ਵਫਾ ਕੀਤੀ ਹੈ। ਜਿਸ ਨੇ ਵਫਾ ਕੀਤੀ ਹੈ ਅੱਲਾ ਤਾਲਾ ਉਹਨੇ ਦਰਜਾ ਬੁਲੰਦ ਕਰੇਗਾ,
ਉਹ ਕੀਤੇ ਨੇ, ਜਿਸ ਨੇ ਆਲੇ ਮੁਹੰਮਦ ਦੇ ਗਰਾਣੇ 'ਚ ਜ਼ੁਲਮ ਕੀਤੇ ਨੇ। ਉਹ ਕੱਲ੍ਹ ਵੀ ਜਨਮੀ ਸਨ, ਅੱਜ ਵੀ ਜਨਮੀ ਨੇ, ਬਾਅਦ ਵੀ ਜਨਮੀ ਨੇ, ਉਹ ਹਾਦੀ ਨਹੀਂ ਹੋ ਸਕਦੇ, ਕਿਉਂਕਿ ਅੱਲਾਹ ਤਾਲਾ ਆਪਣਾ ਕਾਨੂੰਨ ਬਦਲੀ ਨਹੀਂ ਕਰਦਾ। ਅਗਰ ਜਨਾਬੇ ਨੂਹ ਅਲੈਹਿਸ ਸਲਾਮ ਦੇ ਬੇਟੇ 'ਤੇ ਕਾਨੂੰਨ ਨਹੀਂ ਬਦਲੀ ਕੀਤਾ, ਜਨਾਬੇ ਆਦਮ ਅਲੈਹਿਸ ਸਲਾਮ ਦੇ ਬੇਟੇ ਦੇ ਉੱਤੇ ਕਿ ਹਾਬੀਲ ਕਬੀਲ ਦਾ ਵਾਕਿਆ ਤੁਸੀਂ ਸੁਣਿਆ, ਕਬੀਲ ਨੇ ਆਪਣੇ ਭਰਾ ਹਾਬੀਲ ਨੂੰ ਕਤਲ ਕੀਤਾ, ਅੱਜ ਤੱਕ ਉਹ ਸਜ਼ਾ 'ਚ ਮੁਬਤਲਾ ਹੈ। ਤਾਂ ਸਾਡੇ ਨਾਲ ਕਿਸੇ ਰੈਦ ਕਰੇਗਾ? ਇਹ ਕੁਰਾਨ ਮਜੀਦ ਸਾਡਾ ਇਮਾਮ ਵੀ ਹੈ, ਰੱਬ ਵੀ ਹੈ, ਹਾਦੀ ਵੀ ਹੈ, ਸਾਨੂੰ ਹਦਾਇਤ ਦੇ ਰਿਹਾ। ਇਹ ਅਲੱਗ ਚੀਜ਼ ਹੈ ਕਿ ਅਸੀਂ ਇਹਨੂੰ ਸੁਣ ਕੇ ਇਹਨੂੰ ਕੱਢ ਦੇਈਏ, ਜਾਂ ਮੈਂਬਰਾਂ ਨੂੰ ਤਾਂ ਸਾਨੂੰ ਇਹੋ ਗੱਲਾਂ ਕਰਨ ਵਾਸਤੇ ਕੋਈ ਵਕਤ ਹੀ ਨਾ ਦੇਵੇ, ਦੱਸੇ ਹੀ ਨਾ। ਹੁਣ ਇਹ ਜੋ ਕੁਛ ਮੈਂ ਤੁਹਾਡੇ ਨਾਲ ਇਹ ਦਰਸੇ ਹੁਸੈਨੀ 'ਚ ਕਰ ਰਿਹਾ, ਅਗਰ ਕੋਈ ਆਲਮ, ਕੋਈ ਜ਼ਾਕਰ ਇਸ ਤਰ੍ਹਾਂ ਗੱਲਾਂ ਕਰੇਗਾ, ਤੁਸੀਂ ਉਹਨੂੰ ਆਪਣੇ ਮਿਲਜ਼ਾਂ 'ਤੇ ਬੁਲਾਓਗੇ? ਇਮਾਨ ਨਾਲ ਦੱਸੋ, ਤੁਸੀਂ ਆਖੋ ਕਿ ਜਾ ਇਹਨੂੰ ਇਹਨੂੰ ਅਸੀਂ ਉਹਨੂੰ ਕੀ ਕਰਨਾ, ਅਤੇ ਫਿਰ ਉਹਨਾਂ ਨੂੰ ਜ਼ਰੂਰਤ ਕੀ ਹੈ? ਆਖਿਰ ਉਹਨਾਂ ਨੇ ਪੇਟ ਹੈ, ਬਾਲ ਬੱਚਾ ਹੈ, ਉਹਨਾਂ ਨੇ ਪੇਸ਼ਾ ਇਖਤਿਆਰ ਕੀਤਾ ਹੈ। ਅਲਹਮਦੁਲਿਲਾ, ਉਸ ਦੀ ਜ਼ਾਤ ਦਾ ਕਰਮ ਹੈ। ਮੈਂ ਅਗਰ ਸੁਬਹਾ ਤੋਂ ਲੈ ਕੇ ਸਾਰਾ ਦਿਨ ਉਹਦੇ ਦਰਬਾਰ 'ਚ ਸਾਹਮਣੇ ਸਜਦਾ ਆਪਣਾ ਪਛਾਣੀ ਰੱਖ ਕੇ ਸ਼ੁਕਰ ਅਦਾ ਕਰਦਾ ਰਹਾਂ, ਤਾਂ ਮੈਂ ਸ਼ੁਕਰ ਅਦਾ ਨਹੀਂ ਕਰ ਸਕਦਾ ਜੋ ਕੁਛ ਉਸਨੇ ਮੈਨੂੰ ਨਵਾਜ਼ਿਆ। ਮੈਂ ਕਿਸੇ ਦਾ ਉਹਨੇ ਮੈਨੂੰ ਮੁਹਤਾਜ ਨਹੀਂ ਬਣਾਇਆ, ਅਲਹਮਦੁਲਿਲਾ। ਇਸ ਵਾਸਤੇ ਮੈਂ ਬਗੈਰ ਕਿਸੇ ਲਾਲਚ ਤੋਂ ਤਮੇ ਤੋਂ ਇਸ ਹੁਸੈਨੀ ਦਰਸ ਨੂੰ ਅਪਣਾਇਆ ਹੈ। ਅਤੇ ਅਜ਼ੀਜ਼ਾਂ ਨੇ ਗ੍ਰਾਮੀ, ਮਰਦ ਹੋਵੇ ਜਾਂ ਔਰਤ ਹੋਵੇ, ਬੱਚਾ ਹੋਵੇ, ਬੁੱਢਾ ਹੋਵੇ, ਜਵਾਨ ਹੋਵੇ, ਅੱਲਾਹ ਤਬਾਰਕ ਤਾਲਾ ਨੇ ਆਪਣਾ ਕਾਨੂੰਨ, ਆਪਣੀ ਸ਼ਰੀਅਤ ਉਹਦੇ 'ਤੇ ਲਾਗੂ ਕੀਤੀ ਹੈ ਜਿਹਦੇ ਕੋਲ ਅਕਲ ਹੈ। ਜਿਹਦੇ ਕੋਲ ਅਕਲ ਨਹੀਂ, ਜਿਹਨੂੰ ਆਪਾਂ ਨੇ ਬੇਵਕੂਫ ਕਮਲਾ ਹੈ, ਉਹਦੇ ਲਈ ਸਾਨੂੰ ਹੁਕਮ ਹੈ ਕਿ ਉਹਦੇ ਸਾਹਮਣੇ ਅੱਲਾਹ ਦੀ ਕੋਈ ਸ਼ਾਨ ਐਸੀ ਬਿਆਨ ਨਾ ਕਰੋ
ਕੋਈ ਐਸਾ ਜ਼ਿਕਰ ਨਾ ਕਰੋ, ਐਸੀ ਗੱਲਬਾਤ ਨਾ ਕਰੋ ਕਿ ਉਹ ਅੱਗੋਂ ਆਖੇ ਕਿ ਮੈਂ ਵੀ ਅੱਲਾ ਮੈਨੂੰ ਹੀ ਮੰਨ। ਉਹ ਗੁਨਾਹਗਾਰ ਨਹੀਂ ਹੋਏਗਾ, ਉਹਦੇ ਨਾਲ ਬਹਿਸ ਕਰਨ ਵਾਲਾ ਆਖਣ ਵਾਲਾ ਗੁਨਾਹਗਾਰ ਹੋ ਜਾਏਗਾ, ਕਿਉਂਕਿ ਉਹਦੇ ਕੋਲ ਅਕਲ ਨਹੀਂ। ਬੱਚਾ 9-10 ਸਾਲ ਤੱਕ ਇਹਦੇ ਕੋਲ ਅਕਲ ਨਹੀਂ, ਨਾ ਇਹਦੇ 'ਤੇ ਨਮਾਜ਼ ਵਾਜਬ ਹੈ, ਨਾ ਰੋਜ਼ਾ ਵਾਜਬ ਹੈ। ਲੇਕਿਨ ਉਹਦੇ ਵਾਲਦੈਨ ਲਈ ਹੁਕਮ ਹੈ ਕਿ ਜਦੋਂ ਬੱਚਾ, ਹੁਣ ਬੱਚੀ 9 ਸਾਲ ਦੀ ਬਾਲਗ ਹੋ ਜਾਂਦੀ ਹੈ, ਇਸਲਾਮ ਵਿੱਚ ਬੱਚਾ ਲੜਕਾ ਨਹੀਂ ਹੁੰਦਾ, ਉਹਦੇ ਲਈ ਹੁਕਮ ਹੈ ਕਿ ਜਦੋਂ ਉਹਨੂੰ ਇੰਨੀ ਤਮੀਜ਼ ਆ ਜਾਂਦੀ ਹੈ ਕਿ ਇਹ ਚੀਜ਼ ਅੱਛੀ ਹੈ, ਇਹ ਬੁਰੀ ਹੈ, ਹੁਣ ਉਹਦੀ ਉਮਰ 8 ਸਾਲ ਹੈ, 9 ਸਾਲ ਹੈ, ਵਾਲਦੈਨ ਉਹਨੂੰ ਮਸਜਿਦ ਨਮਾਜ਼ ਵਾਸਤੇ ਲੈ ਕੇ ਜਾਣ ਔਰ ਉਹਦੇ ਸਖਤੀ ਕਰਕੇ ਨਮਾਜ਼ ਪੜ੍ਹਾਉਣ। ਅਤੇ ਜੇ ਵਾਲਦ ਹੀ ਨਹੀਂ ਜਾਂਦਾ ਤਾਂ ਬੱਚਾ ਕਿੱਥੋਂ ਜਾਏਗਾ? ਵਾਲਦਾ ਨਹੀਂ ਮਸਲੇ 'ਤੇ ਖੜ੍ਹੀ ਹੁੰਦੀ ਤਾਂ ਉਹਦੀ ਬੇਟੀ ਕਿੱਥੋਂ ਖੜ੍ਹੀ ਹੋਏਗੀ? ਲੇਕਿਨ ਜ਼ਿਹਨ 'ਚ ਰੱਖੋ ਕਿ ਅੱਲਾ ਤਬਾਰਕ ਤਾਲਾ ਨੇ ਅਗਰ ਸਾਨੂੰ ਪੈਦਾ ਕੀਤਾ ਹੈ, ਕੀਤਾ ਅੱਲਾ ਕੀਤਾ, ਅਤੇ ਹਰ ਪੈਦਾ ਕਰਨ ਵਾਲਾ ਜਿਹੜੀ ਉਹਦੀ ਮਖਲੂਕ ਹੈ ਉਸਦਾ ਪੈਦਾ ਕਰਨ ਦਾ ਕੋਈ ਉਹਦਾ ਮਕਸਦ ਹੈ? ਅਗਰ ਮੈਨੂੰ ਜਿਹੜਾ ਉਹਨੇ ਪੈਦਾ ਕੀਤਾ ਮੇਰਾ ਇੱਕ ਮਕਸਦ ਹੈ, ਤੁਹਾਨੂੰ ਪੈਦਾ ਕੀਤਾ ਤੁਹਾਡਾ ਵੀ ਮਕਸਦ ਹੈ। ਅੱਜ ਮੈਂ ਕੁਰਸੀ 'ਤੇ ਬੈਠਾ, ਤੁਸੀਂ ਥੱਲੇ ਬੈਠੇ ਜੇ, ਤੁਸੀਂ ਸਾਹਿਬੇ ਸੱਯਦ ਜੇ, ਜਾਗੀਰਦਾਰ ਜੇ, ਮੈਂ ਇੱਕ ਗਰੀਬ ਬਾਬਾ ਬੁੱਢਾ ਸੱਯਦ। ਲੇਕਿਨ ਉਹਨੇ ਕਿੰਨਾ ਨਵਾਜ਼ਿਆ ਕਿ ਮੈਂ ਕੁਰਸੀ 'ਤੇ ਬੈਠਾ, ਤੁਸੀਂ ਥੱਲੇ ਬੈਠੇ ਹੋ। ਅਜੇ ਵੀ ਸਾਨੂੰ ਮਕਸਦ ਸਮਝ ਨਾ ਆਵੇ, ਅਸੀਂ ਨਾ ਸੋਚੀਏ ਅਤੇ ਫਿਰ ਵੱਲ ਅਸਲੇ ਇੰਨਾ ਨੁਕਸਾਨ ਆ ਲਾ ਵੀ ਉੱਧਰ, ਫਿਰ ਅੱਲਾ ਦਾ ਜਿਹੜਾ ਰਿਸ਼ਾਦ ਹੈ ਮੈਨੂੰ ਅਸਲ ਦੀ ਕਸਮ ਕਿ ਨੁਕਸਾਨ ਘਾਟੇ 'ਚ। ਸਾਨੂੰ ਆਪਣੀ ਜ਼ਿੰਦਗੀ ਦਾ ਮਕਸਦ ਪਤਾ ਹੋਣਾ ਚਾਹੀਦਾ। ਅਸੀਂ ਕਬਰਾਂ 'ਚ ਬੰਦਾ ਜਦੋਂ ਦਾਪਣੇ ਆ ਨਾ, ਉਦੋਂ ਆਉਣੇ ਆ ਕਿ ਬਸ ਬਈ ਤੇਰੀ ਹੁਣ ਆਖਰੀ ਮੰਜ਼ਲ, ਤੂੰ ਪਹੁੰਚੀ ਆਪਣੇ ਮੁਕਾਮ 'ਤੇ। ਲੇਕਿਨ ਅੱਲਾ ਦਾ ਅਰਸ਼ਾਦ ਹੈ, ਇਸਲਾਮ ਆਉਂਦਾ ਪਿਆ, ਇਹ ਇੱਕ ਜਹਾਨ ਹੈ, ਉਹਦਾ ਨਾਂ ਹੈ ਆਲਮੇ ਬਰਜ਼ਖ। ਕਿਆਮਤ ਤੱਕ ਉਹਨੇ ਆਪਣੀ ਜ਼ਿੰਦਗੀ ਆਲਮੇ ਬਰਜ਼ਖ 'ਚ ਗੁਜ਼ਾਰਨੀ ਹੈ। ਅਸੀਂ ਆਉਣੇ ਤੇਰੀ ਮੰਜ਼ਲ ਆ ਗਈ ਹੈ, ਅਤੇ ਫਿਰ ਸਾਡੇ ਕੋਲ ਕਿਹੜਾ ਇਸਲਾਮ ਹੈ?
ਕੰਮ ਅਜ ਕੰਮ ਅਗਰ ਮੈਂ ਸ਼ਰੀਅਤ ਨੂੰ ਨਹੀਂ ਜਾਣਦਾ ਤੇ ਆਪਣੀ ਜ਼ਿੰਦਗੀ ਦਾ ਮਕਸਦ ਤੇ ਜਾਣਨਾ ਨਾ। ਯਾਦ ਰੱਖੋ, ਜੋ ਮਰਜ਼ੀ ਅਮਲ ਕਰੋ, ਕਿਉਂਕਿ ਅੱਲਾਹ ਨੇ ਹੁਕਮ ਦਿੱਤਾ ਲਾ ਇਕਰਾਹ ਫੀ ਦੀਨ, ਕਿ ਦੀਨ ਦੇ ਉੱਤੇ ਕੋਈ ਜ਼ਬਰ ਨਹੀਂ, ਸਾਨੂੰ ਕੋਈ ਹੱਕ ਹਾਸਲ ਨਹੀਂ ਕਿ ਅਸੀਂ ਕਿਸੇ ਨੂੰ ਜ਼ੁਲਮ ਕਰਕੇ ਉਹਦਾ ਹੱਥ ਰੋਕੀਏ। ਹਾਂ, ਇਹ ਅੱਲਾਹ ਤਬਾਰਕ ਤਾਲਾ ਦਾ ਹੁਕਮ ਹੈ ਕਿ ਜ਼ਾਲਮ ਦੇ ਨਾਲ ਦੋਸਤੀ ਨਾ ਰੱਖ, ਜ਼ਾਲਮ ਦੇ ਨਾਲ ਲੈਣ ਦੇਣ ਨਾ ਰੱਖ, ਜ਼ਾਲਮ ਦੇ ਨਾਲ ਤਲਕਾਤ ਨਾ ਰੱਖ, ਉਹਦੇ ਕੋਲੋਂ ਬਚ। ਅਗਰ ਕਿਸੇ ਮਹਿਫਲ ਦੇ ਵਿੱਚ ਗੈਰ ਮੂਮਨ ਗੈਰ ਸ਼ੀਆ ਨੇ ਅਲੀ ਕਿਸੇ ਤੁਹਾਡੇ ਭਰਾ ਦੀ ਬਦਖੋਈ ਕਰ ਰਿਹਾ, ਗੁਨਾਹਾਂ ਦਾ ਜ਼ਿਕਰ ਕਰ ਰਿਹਾ, ਹੁਣ ਹੁਕਮ ਸਾਡੇ ਲਈ ਇਹ ਵੇ ਕਿ ਬੇਸ਼ੱਕ ਉਹਦੇ 'ਚੋਂ ਗੁਨਾਹ ਹੈ ਨੇ, ਲੇਕਿਨ ਉਹਦੀ ਵਕਾਲਤ ਕਰ, ਉਹਨਾਂ ਨੂੰ ਆਖ ਕਿਆ ਤੁਹਾਡਾ ਕੋਈ ਅਮਲ ਨਹੀਂ ਕਰਦੇ, ਤੁਹਾਡੇ 'ਚ ਅਮਲ ਨਹੀਂ ਕਰਦੇ, ਤੁਹਾਡੇ 'ਚ ਗੁਨਾਹ ਨਹੀਂ ਕਰਦੇ, ਤੁਹਾਡੇ 'ਚ ਚੋਰ ਨਹੀਂ ਹੈ, ਤੁਹਾਡੇ ਝੂਠ ਨਹੀਂ ਹੈ। ਅਗਰ ਨਹੀਂ ਆਖ ਸਕਦਾ ਉਸ ਮਹਿਫਲ ਤੋਂ ਉੱਠ ਕੇ ਚਲਾ ਜਾ। ਕਿਆ ਅਸੀਂ ਇਸ 'ਤੇ ਅਮਲ ਕਰਨੇ ਹਾਂ? ਅਸੀਂ ਜੋ ਹੋਰ ਆਉਂਦੇ ਹਾਂ ਮਸਾਲਾ ਲਾ ਦਿੰਦੇ ਹਾਂ ਕਿ ਉਹ ਵਾਕਈ ਹੈ, ਉਹ ਚਸਕੇ ਲੈਂਦੇ ਹਾਂ, ਅਤੇ ਇਹਦੀ ਵੀ ਕੁਰਾਨ ਜੀ ਦੀ ਸਜ਼ਾ ਹੈ। ਅਜ਼ੀਜ਼ਾਂ ਨੇ ਗ੍ਰਾਮੀ, ਹੁਸੈਨ ਦੀ ਜ਼ਾਤ ਨੇ ਇਸ ਦੀਨ ਦੇ ਉੱਤੇ ਬੜੀਆਂ ਕੁਰਬਾਨੀਆਂ ਦੇ ਕੇ ਬਚਾਇਆ। 6 ਮਾਹ ਦਾ ਬੱਚਾ ਉਹ ਸ਼ਹੀਦ ਕਰਾਇਆ ਹੈ, ਨਬੀ ਪਾਕ ਦੀਆਂ ਬੇਟੀਆਂ ਤੋਂ ਸਿਰਾਂ ਤੋਂ ਚਾਦਰਾਂ ਕੁਰਬਾਨ ਕੀਤੀਆਂ ਨੇ। ਲੇਕਿਨ ਕਿਸ ਵਾਸਤੇ? ਕਿ ਮੇਰੇ ਮਿਸ਼ਨ ਨੂੰ ਜ਼ਿੰਦਾ ਰੱਖਣ ਵਾਲੇ, ਮੇਰੇ ਨਕਸ਼ੇ ਕਦਮ ਦੇ ਉੱਤੇ ਚੱਲਣ ਵਾਲੇ ਮੇਰੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਔਰ ਅਮਲ ਕਰਨ। ਕਿਆ ਆਪ ਦਾ ਇਰਸ਼ਾਦ ਨਹੀਂ ਸੁਣਦੇ? ਕਿਆ ਸ਼ੀਓ, ਜਦੋਂ ਠੰਡਾ ਪਾਣੀ ਪੀਓ ਉਦੋਂ ਮੇਰੀ ਪਿਆਸ ਨੂੰ ਯਾਦ ਕਰੋ। ਆਪ ਦਾ ਇਸਤਗਾਸਾ
ਹਲ ਮਿਨ ਜਨ ਤੁਰਨਾ। ਹਾਲਾਂਕਿ ਜਿਸ ਕਿਤਾਬ ਨੇ ਅਰਸਾਰ ਫਰਮਾਇਆ ਹੈ ਆਪ ਦੇ ਨਾਸਰੀਨ ਸ਼ਹੀਦ ਹੋ ਚੁੱਕੇ ਨੇ, ਆਪ ਤਨਹਾ ਕੱਲੇ ਜ਼ਖਮਾਂ ਤੋਂ ਚੂਰ ਚੰਦ ਲੰਮੇ ਦੇ ਮਹਿਮਾਨ, ਔਰ ਉਸ ਵਾਸਤੇ ਉਸ ਵਕਤ ਆਪਣਾ ਕਿਹਾ ਕੋਈ ਹੈ ਮੇਰੀ ਮਦਦ ਕਰਨ ਵਾਲਾ। ਉਸ ਵਕਤ ਮਦਦ ਦੀ ਜ਼ਰੂਰਤ ਕੀ ਸੀ? ਇਹ ਸਾਡਾ ਕੰਮ ਹੈ ਸੋਚਣਾ ਕਿ ਇਸ ਵਕਤ ਮੌਲਾ ਮਦਦਗਾਰ ਮੰਗ ਰਹੇ ਨੇ ਅਤੇ ਕਿਸ ਦੀ ਮਦਦ ਮੰਗ ਰਹੇ ਨੇ। ਸਾਨੂੰ ਇਮਾਮ ਸਾਹਿਬ ਉਲ ਅਸਰ ਵਜਮਾਨ ਅਲੈਹ ਸਲਾਮ ਦੇ ਲਸ਼ਕਰ ਲਈ ਤਿਆਰ ਕਰ ਰਹੇ ਨੇ। ਇਸ ਇਸਤਗਾਸੇ ਦਾ ਜਵਾਬ ਉਹ ਖੁਸ਼ਕਿਸਮਤ ਦੇਣਗੇ ਕਿ ਜਿਹੜੇ ਇਮਾਮ ਸਾਹਿਬ ਉਲ ਅਸਰ ਵਜਮਾਨ ਅਲੈਹ ਸਲਾਮ ਦੇ ਲਸ਼ਕਰ 'ਚ ਸ਼ਾਮਿਲ ਹੋਣ ਦੇ ਨਾਸਰੀਨ ਹੋਣਗੇ। ਅਸੀਂ ਆ ਜਾਂਦੇ ਘਰੋਂ, ਮੁਹੱਬਤ ਹੁਸੈਨ ਸਾਨੂੰ ਲੈ ਕੇ ਆਉਣੀ ਹੈ, ਲੇਕਿਨ ਮਕਸਦ ਹੁਸੈਨ ਇਸ ਤੋਂ ਅਸੀਂ ਮਾਲੂਮ ਹਾਂ। ਅਜ਼ੀਜ਼, ਮੇਰੀਆਂ ਗੱਲਾਂ ਤੁਹਾਨੂੰ ਅੱਜ ਬੜੀਆਂ ਹੀ ਦੁੱਖ ਦੇ ਰਹੀਆਂ ਹੋਣਗੀਆਂ। ਮੈਨੂੰ ਤੁਸੀਂ ਦਿਲ ਦੇ ਵਿੱਚ ਗਾਲਾਂ ਕੱਢੋ, ਲਾਂਟਾਂ ਪਾਓ, ਲੇਕਿਨ ਯਾਦ ਰੱਖੋ ਕਿ ਜਦੋਂ ਕਬਰੇ ਜਾਓਗੇ ਉਸ ਵਕਤ ਗੱਲਾਂ ਤੁਹਾਨੂੰ ਯਾਦ ਆਉਣਗੀਆਂ। ਸੱਚੀ ਗੱਲ ਕੌੜੀ ਹੁੰਦੀ ਨਹੀਂ ਆ। ਮੈਂ ਹਕੀਕਤਨ ਇਹ ਮੈਦਾਨ ਜਿਹੜਾ ਮੈਂ ਜਦੋਂ ਸ਼ੁਰੂ ਕੀਤਾ, ਮੇਰੇ ਉਸਤਾਦ ਨੇ ਇੱਕ ਹੀ ਮੈਨੂੰ ਸਬਕ ਦਿੱਤਾ ਸੀ। ਉਹਨਾਂ ਕਿਹਾ ਜੇ ਤੂੰ ਇਹ ਅਪਣਾਉਣ ਲੱਗਾ ਤੇ ਇੱਥੇ ਗੱਲਾਂ 'ਚ ਹਾਰਨੇ ਨੂੰ ਪੈਣੇ। ਜੇ ਤੂੰ ਆਖੇਗਾ ਕਿ ਮੈਨੂੰ ਹਾਰ ਤਾਂ ਬੜਾ ਪ੍ਰੋਟੋਕੋਲ ਨਹੀਂ, ਤੇਰੇ ਤੋਂ ਨਫ਼ਰਤ ਜ਼ਰੂਰ ਕਰਨਗੇ ਲੇਕਿਨ ਹਾਰ ਨਹੀਂ ਪੈਣਗੇ। ਮੈਂ ਉਹ ਕਲਮਾ ਆਪਣੇ ਉਸਤਾਦ ਦਾ ਅਜੇ ਤੱਕ ਜ਼ਿਹਨ 'ਚ ਰੱਖਿਆ ਕਿ ਵਾਕਿਆ ਹੱਕ ਦੇ ਉੱਤੇ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ, ਬੜੀਆਂ ਤੋਹਮਤਾਂ ਲੱਗਦੀਆਂ ਨੇ, ਲੇਕਿਨ ਆਪਣੇ ਆਪ ਨੂੰ ਸਾਬਤ ਕਰਨ ਰੱਖੇ, ਅੱਲਾ ਦੀ ਮਦਦ ਮਿਲਦੀ ਹੈ। ਇਮਾਮ ਜ਼ਮਾਨਾ ਉਹਨੂੰ ਸੁਰਖਰੂ ਫਰਮਾ ਰਹੇ ਨੇ ਔਰ ਕਾਮਯਾਬ ਜ਼ਿੰਦਗੀ ਉਹਦੀ ਹੋ ਜਾਂਦੀ ਹੈ। ਅਤੇ ਅਜ਼ੀਜ਼, ਇਹ ਯਾਦ ਰੱਖੋ ਹੁਣ ਮੈਨੂੰ ਜੇਲ੍ਹ 'ਚ ਇੱਕ ਵਾਕਿਆ ਆਇਆ ਹੈ, ਲੇਕਿਨ ਕਿਉਂਕਿ ਮੈਂ ਉਹਨੂੰ ਪੜ੍ਹਿਆ ਨਹੀਂ ਪੂਰਾ ਤੁਹਾਨੂੰ ਨਹੀਂ ਦੱਸ ਸਕਾਂਗਾ, ਲੇਕਿਨ ਉਹਨਾਂ ਦਾ ਲੁੱਬੇ ਲਬਾਬ ਇਹ ਕਿ ਅੱਲਾ ਤਬਾਰਕ ਤਾਲਾ ਦੀ ਹੁਜਤ ਇੱਕ ਦਜਾ ਕਿਨਾਰੇ ਬੈਠੀ ਇੱਕ ਬਿੱਛੂ
ਬੜਾ ਤੇਜ਼ੀ ਨਾਲ ਆ ਰਿਹਾ। ਉਹਨੇ ਆਖਿਆ ਕਹਿੰਦੀ ਕੋਈ ਡਿਊਟੀ ਅੱਲਾ ਲਾਈ ਹੈ, ਉਹ ਵੀ ਪਿੱਛੇ ਤੁਰ ਪਏ। ਉਹ ਜਦੋਂ ਕਿਨਾਰੇ ਬਿਲਕੁਲ ਪਹੁੰਚਿਆ, ਪਾਣੀ 'ਚ ਇੱਕ ਡੱਡੂ ਡਿਗਲਿਆ, ਉਹਨੇ ਖੁਸ਼ਕੀ ਦੇ ਕੰਡ ਕੀਤੀ, ਉਹ ਉਹਦੇ ਸਵਾਰ ਹੋ ਗਿਆ, ਲੈ ਕੇ ਤੁਰ ਪਿਆ। ਹੁਣ ਕੋਲ ਕਸ਼ਤੀ ਸੀ, ਉਹਨਾਂ ਵੀ ਫੜੀ, ਉਹ ਵੀ ਬੈਠ ਗਏ ਕਿ ਮੈਂ ਵੇਖਿਆ ਸੀ ਅਤੇ ਕੀ ਮੰਜ਼ਿਲ ਕੀ ਹੈ। ਹੁਣ ਜਦੋਂ ਉੱਥੇ ਗਿਆ, ਉਸ ਡੱਡੂ ਨੇ ਖੁਸ਼ਕੀ ਨੇ ਆਪਣੀ ਕੰਡ ਕੀਤੀ ਹੈ, ਉਹ ਛਾਲ ਮਾਰ ਕੇ ਖੁਸ਼ਕੀ 'ਚ ਉਤਰਿਆ। ਸਾਹਮਣੇ ਇੱਕ ਦਰਖਤ ਹੈ, ਉੱਥੇ ਇੱਕ ਬੰਦਾ ਸੁੱਤਾ ਹੋਇਆ, ਇਹ ਉਧਰ ਨੂੰ ਤੁਰ ਪਿਆ। ਉਹਨੇ ਮੈਂ ਸੋਚਿਆ ਕਿ ਇਸ ਬੰਦੇ ਨੂੰ ਇਹਨੇ ਜਾ ਕੇ ਡੰਗ ਮਾਰਨਾ, ਉਹਨੇ ਮਰਨਾ, ਲੇਕਿਨ ਵੇਖਾਂ ਕੀ ਹੈ। ਜਦੋਂ ਉਹ ਵਿੱਚੂ ਉਸ ਬੰਦੇ ਕੋਲ ਪਹੁੰਚਿਆ, ਉਹਦੇ ਇੱਕ ਸੱਪ ਆਇਆ, ਉਹ ਸੁੱਤੇ ਪਏ ਬੰਦੇ ਨੂੰ ਡੰਗ ਮਾਰਨ ਲੱਗਾ। ਵਿੱਚੂ ਜਿਉਂ ਜੰਪ ਕਰਕੇ ਉਹਦੀ ਗਰਦਨ ਦੇ ਉੱਤੇ ਜਾ ਕੇ ਪਹਿਲੇ ਡੰਗ ਮਾਰਦਾ, ਸੱਪ ਮਰ ਜਾਂਦਾ, ਉਹ ਬੰਦਾ ਬਚ ਜਾਂਦਾ। ਔਰ ਉਸ ਬੰਦੇ ਦੇ ਕੋਲ ਸ਼ਰਾਬ ਦੀ ਇੱਕ ਬੋਤਲ ਪਈ ਹੁੰਦੀ ਹੈ। ਉਹਨੇ ਬਜ਼ੁਰਗਾਂ ਨੇ ਮੈਨੂੰ ਵੇਖ ਕੇ ਬੜਾ ਗੁੱਸਾ ਆਇਆ, ਮੈਂ ਉਹਨੂੰ ਠੁੱਡਾ ਮਾਰ ਕੇ ਜਗਾਇਆ, ਉਹ ਕੰਬਖਤ ਉੱਠ, ਜਿਸ ਦਾ ਤੂੰ ਨਾ ਫਰਮਾਨ ਸੈਂ, ਉਹਨੇ ਤੈਨੂੰ ਬਚਾਉਣ ਵਾਸਤੇ ਕਿੰਨਾ ਬੰਦੋਬਸਤ ਕੀਤਾ। ਅਜ਼ੀਜ਼ ਵਾਲੇ ਗ੍ਰਾਮੀ, ਅੱਲਾ ਸਾਡੇ 'ਤੇ ਬੜਾ ਰਹੀਮ ਹੈ, ਲੇਕਿਨ ਉਸਦੀ ਇੱਕ ਲਾਈਨ ਹੈ, ਉਸ ਲਾਈਨ ਦੇ ਉੱਤੇ ਜਦੋਂ ਮੈਂ ਨਜ਼ਦੀਕ ਪਹੁੰਚਾਂਗਾ, ਉਸ ਵਕਤ ਮੇਰੇ 'ਤੇ ਮੁਸੀਬਤਾਂ ਨਾਜ਼ਰ ਹੋਣਗੀਆਂ ਕਿ ਸੰਭਲ। ਇਹ ਵੀ ਉਸਦੀ ਰਹਿਮਤ ਹੈ ਕਿ ਮੈਨੂੰ ਹੁਸ਼ਿਆਰ ਕਰਦਾ ਕਿ ਤੂੰ ਹੱਦ ਕ੍ਰਾਸ ਕਰਨ ਲੱਗਾ, ਬਚ ਜਾ। ਖੁਸ਼ਕਿਸਮਤ ਨੇ ਕਿ ਉਸ ਸਮੇਂ ਕਿ ਤੋਬਾ ਕਰਦੇ ਨੇ, ਅੱਲਾ ਉਹਦੇ ਰਾਜ਼ੀ ਹੋ ਜਾਂਦਾ, ਉਹਦੇ ਤੋਬਾ ਕਬੂਲ ਕਰਦਾ। ਇਹ ਹੁਸੈਨ ਬਾਦਸ਼ਾਹ, ਉਹ ਬਾਦਸ਼ਾਹ ਨੇ ਕਿ ਅੱਗੇ ਮੈਂ ਵਾਕਿਆ ਸੁਣਾ ਚੁੱਕਾ, ਫਿਰ ਤੁਹਾਨੂੰ ਯਾਦ ਕਰਾਉਣਾ ਆਖਰੀ, ਕਿਉਂਕਿ ਮੈਨੂੰ ਕੋਈ ਅੱਜ ਫਰਿਸ਼ਤੇ ਨਹੀਂ ਨਜ਼ਰ ਆ ਰਿਹਾ, ਇਸ ਵਾਸਤੇ ਮੈਂ ਜ਼ਿਆਦਾ ਹੀ ਕੋਈ ਪੜ ਗਿਆ ਕਿ ਇੱਕ ਅਮੀਰ ਸ਼ਖਸ ਸੀ, ਬਹੁਤ ਅਮੀਰ, ਅੱਲਾ ਤਬਾਰਕ ਤਾਲਾ ਉਹਨੂੰ ਇੱਕ ਬੇਟਾ ਤਾ ਕੀਤਾ। ਹੁਣ ਬੜਾ ਸਹਿਦੇ ਸੀ, ਇਹ ਸੀ ਇੱਕ ਹੀ ਬੇਟਾ ਸੀ, ਲਾਜ਼ਮੰਡ ਉਹਨੂੰ ਬੜਾ ਪਿਆਰ ਸੀ, ਹਰ ਬੰਦੇ ਨੂੰ ਆਪਣੇ ਔਲਾਦ ਨਾਲ ਪਿਆਰ ਹੁੰਦਾ, ਲੇਕਿਨ ਜੇ ਇੱਕ ਦੋਤਾ ਹੋਵੇ ਤਾਂ ਉਹਦੇ ਨਾਲ ਜ਼ਿਆਦਾ ਪਿਆਰ ਹੁੰਦਾ, ਹੁੰਦਾ ਨਾ, ਆਪਣਾ ਵੀ ਲੈ ਗਏ। ਲੇਕਿਨ
ਇਹ ਦੌਲਤ ਜਿਹੜੀ ਹੈ ਇਹ ਸਾਨੂੰ ਗੁੰਮਰਾਹ ਵੀ ਕਰਦੀ ਹੈ ਅਤੇ ਜੰਨਤ ਵੀ ਲੈ ਕੇ ਜਾਂਦੀ ਹੈ। ਦੌਲਤ ਦਾ ਕਸੂਰ ਨਹੀਂ, ਸਾਡੇ ਆਪਣੀ ਸੋਚ ਔਰ ਅਮਲ ਦਾ ਕਸੂਰ ਹੈ। ਲਿਹਾਜ਼ਾ ਉਹ ਸਰਾਤੇ ਮੁਸਤਕੀਮ ਤੋਂ ਹਟ ਕੇ ਹਰ ਸ਼ੈਤਾਨੀ ਅਮਲ ਕਰਨ ਲੱਗ ਪਿਆ। ਉਹਦੇ ਬਾਪ ਬੜਾ ਨੂੰ ਸਮਝਾਇਆ, ਬੜੀ ਮਿਹਨਤ ਸਮਾਜਤ ਕੀਤੀ, ਲੇਕਿਨ ਨਹੀਂ ਸਮਝਿਆ। ਅਖੀਰ ਉਹ ਇਸੇ ਗਮ ਵਿੱਚ ਮਰ ਗਿਆ। ਉਹਦੇ ਮਰਨ ਤੋਂ ਬਾਅਦ ਉਹਦੀ ਵਾਲਦਾ ਨੇ ਡਰਦਿਆਂ ਡਰਦਿਆਂ ਲੜਕੜਾਉਂਦੀ ਜ਼ਬਾਨ ਨਾਲ ਆਖਿਆ ਕਿ ਬੇਟਾ, ਤੇਰੇ ਇਹਨਾਂ ਅਮਲਾਂ ਦੇ ਗਮ ਦੇ ਵਿੱਚ ਬਾਪ ਤੇਰਾ ਵਕਤ ਤੋਂ ਪਹਿਲੇ ਮਰ ਗਿਆ ਅਤੇ ਮਰ ਮੈਂ ਵੀ ਜਾਣਾ ਹੈ, ਲੇਕਿਨ ਇੱਕ ਹੁਣ ਮੈਂ ਤੈਨੂੰ ਨਸੀਹਤ ਕਰਨੀ ਆ। ਹੋ ਸਕਦਾ ਤੇਰੇ ਉੱਤੇ ਕੋਈ ਇਸ ਘਰਾਣੇ ਦਾ ਕਰਮ ਹੋ ਜਾਏ। ਉਹਨੇ ਆਖਿਆ, ਮਾਂ ਜੋ ਕੁਛ ਹੁਕਮ ਕਰੇਗੀ ਮੈਂ ਉਸ 'ਤੇ ਅਮਲ ਕਰਾਂਗਾ। ਉਹਨੇ ਆਖਿਆ, ਬੇਟਾ ਮੈਂ ਤੈਨੂੰ ਇਹ ਨਹੀਂ ਆਉਂਦੀ, ਨਮਾਜ਼ ਪੜ੍ਹ, ਰੋਜ਼ੇ ਰੱਖ, ਖੈਰਾਤਾਂ ਦੇ, ਮੈਂ ਇੱਕ ਹੀ ਤੈਨੂੰ ਆਉਣੀ ਆ, ਤੂੰ ਸਵਾਰੀ 'ਚ ਆਉਵੇਂ, ਤੂੰ ਪੈਦਲ ਹੋਵੇਂ, ਤੂੰ ਦੋਸਤਾਂ ਵਿੱਚ ਹੋਵੇਂ, ਤੂੰ ਇਕੱਲਾ ਹੋਵੇਂ, ਜਿੱਥੇ ਗਾਜ਼ੀ ਅੱਬਾਸ ਦਾ ਆਲਮ ਤੈਨੂੰ ਨਜ਼ਰ ਆ ਜਾਏ। ਅਗਰ ਸਵਾਰੀ 'ਚ ਉਤਰ ਜਾ, ਦੋਸਤਾਂ ਵਿੱਚੋਂ ਤਾਂ ਉਹਨਾਂ ਨੂੰ ਛੋੜ ਦੇ, ਆਲਮ 'ਤੇ ਜਾ ਕੇ ਹੱਥ ਜੋੜ ਕੇ ਸਲਾਮ ਕਰਕੇ ਮਾਫ਼ੀ ਮੰਗ। ਹੋ ਸਕਦਾ ਹੈ ਤੇਰੀ ਜਿਹੜੀ ਨਾ ਨਿਜਾਤ ਹੋ ਜਾਏ। ਉਹਨੇ ਆਖਿਆ, ਠੀਕ ਹੈ ਮਾਂ, ਮੇਰਾ ਤਾਂ ਵਾਅਦਾ ਕਿ ਮੈਂ ਪੂਰੀ ਜ਼ਿੰਦਗੀ ਜਿੰਨੀ ਹੈ ਇਸ 'ਤੇ ਅਮਲ ਕਰਾਂਗਾ। ਔਰ ਉਹਨੇ ਮਨੋ ਅੰਨ ਅਮਲ ਵੀ ਕੀਤਾ, ਲੇਕਿਨ ਕੁੱਲੋ ਨਫਸ ਜਗ੍ਹਾ ਤੁਹਾਨੂੰ ਮੌਤ ਹਰ ਇੱਕ ਨੂੰ ਹੈ, ਉਹ ਵੀ ਮਾਰ ਗਿਆ। ਜਦੋਂ ਮਰਿਆ ਅਜ਼ਾਬ ਦੇ ਫਰਿਸ਼ਤੇ ਅੱਲਾ ਨੇ ਉਹਨਾਂ ਦੇ ਨਾਜ਼ਲ ਜਾ ਕੀਤੇ, ਉਹਨਾਂ ਨੂੰ ਹੱਥ ਕੜੀਆਂ ਬੇੜੀਆਂ ਲਾ ਕੇ ਲੈ ਕੇ ਜਾ ਰਹੇ ਨੇ। ਕੀ ਵੇਂਦੇ ਕਿ ਸਲਾਮ ਆ, ਸਲਾਹ ਦੇ ਵਿੱਚ ਇੱਕ ਖੈਮਾ ਲੱਗਾ, ਉਸ ਖੈਮੇ ਦੇ ਉੱਤੇ ਗਾਜ਼ੀ ਅੱਬਾਸ ਦਾ ਆਲਮ ਹੈ। ਉਹਨੂੰ ਆਪਣਾ ਅਮਲ ਯਾਦ ਆ ਗਿਆ ਦੁਨੀਆ ਦਾ, ਫਰਿਸ਼ਤਿਆਂ ਅੱਗੇ ਇਲਤਜਾਰ ਕਰਦਾ, ਮੌਲਾ ਦਾ ਵਾਸਤਾ ਦੇ ਕੇ ਆਉਂਦਾ ਕਿ ਮੈਂ ਇਹ 'ਚ ਨੱਸ ਨਹੀਂ ਸਕਦਾ, ਮੈਂ ਜੇ ਤੁਹਾਡਾ ਕੈਦੀ ਹਾਂ, ਮੈਂ ਜੇ ਮੁਜਰਮ ਹਾਂ, ਲੇਕਿਨ ਮੈਂ ਦੁਨੀਆ ਦੇ 'ਚ ਇਹ ਅਮਲ ਕਰਦਾ ਸਾਂ, ਆਹ ਮੇਰੀਆਂ ਹੱਥ ਕੜੀਆਂ ਬੇੜੀਆਂ ਖੋਲ੍ਹੋ, ਮੈਂ ਇਸ ਅਲਮ ਨੂੰ ਸਲਾਮ ਕਰਕੇ ਫਿਰ ਤੁਹਾਡੇ ਕੋਲ ਆ ਜਾਂਦਾ। ਉਹਨੇ ਆਖਿਆ, ਜਾ ਖੋਲ ਦਿੱਤੀ, ਆਜ਼ਾਦ ਹੋਇਆ, ਖੈਮੇ 'ਤੇ ਪਹੁੰਚਿਆ। ਖੈਮੇ 'ਚ ਮੌਲਾ ਹੁਸੈਨ ਬਾਦਸ਼ਾਹ ਬਰਾਮਦ ਹੋਏ ਨੇ, ਉਹਨਾਂ ਦੀ ਜੋ ਨਜ਼ਰ ਪਈ ਹੈ, ਇਹਦੀ ਵੀ ਨਜ਼ਰ ਪਈ
ਉਹ ਹੁਕਮ ਦੇਂਦੇ ਨੇ ਕਿ ਆਪਣਾ ਮਾਲਨਾਮਾ ਮੈਨੂੰ ਦਿਖਾ। ਮਾਲਨਾਮਾ ਸਿਰ ਨੀਵਾਂ ਕਰਕੇ, ਕਿਉਂਕਿ ਨੇਕੀ ਤਾਂ ਹੈ ਕੋਈ ਨਹੀਂ ਸੀ। ਹੁਣ ਮੈਨੂੰ ਤਾਂ ਪਤਾ ਹੈ ਕਿ ਮੇਰੇ ਮਾਲਨਾਮੇ 'ਚ ਕੀ ਦਰਜ ਹੋਣਾ, ਤੁਹਾਨੂੰ ਨਹੀਂ ਪਤਾ, ਕਿਉਂਕਿ ਮੇਰੀ ਤਾਂ ਨੇਕੀ ਹੈ। ਅਤੇ ਮੈਂ ਅੱਜ ਬੱਚੇ ਨੇ ਇਮਤਿਹਾਨ ਦਿੱਤਾ ਹੋਵੇ ਨਾ, ਉਹ ਜਦੋਂ ਪੇਪਰ ਦਿੰਦਾ ਹੈ ਨਾ, ਉਹਨੂੰ ਪਤਾ ਚੱਲ ਜਾਂਦਾ ਕਿ ਮੈਂ ਪਾਸ ਹੋਵਾਂਗਾ ਕਿ ਫੇਲ ਹੋਵਾਂਗਾ, ਉਹਨੂੰ ਪਤਾ ਹੁੰਦਾ। ਉਹ ਬਾਅਦ ਵਿੱਚ ਐਵੇਂ ਹੋ ਜਾਂਦੇ ਜਿਹੜਾ ਇਹਨੂੰ ਤੀਰ ਵੱਜ ਗਿਆ, ਉਹ ਨਾਲੇ ਹੱਥ ਲਾ ਕੇ ਖੂਨ ਵੇਖ ਕੇ ਲਾ ਕੇ ਰੱਬ ਝੂਠ ਹੀ ਕਰੇ, ਐਵੇਂ ਰੱਬ ਝੂਠ ਹੀ ਕਰਦਾ। ਫਿਰ ਉਹ ਦੁਆਵਾਂ ਜਾਂਦਾ ਕਿ ਹੁਣ ਦੋਵਾਂ ਨਾਲ ਕਾਮਯਾਬ ਹੋਵਾਂ ਜਾਂ ਕਿਤੇ ਪੈਸੇ ਲੱਗਣ। ਬਹਰਹਾਲ ਇਹਨਾਂ ਦੇ ਸਾਹਮਣੇ ਜਦੋਂ ਅਸੀਂ ਪੇਸ਼ ਹੋਣਾ, ਸਾਡਾ ਸਿਰ ਜਾਂ ਨਿਦਾਮਤ ਨਾਲ ਜਾਂ ਉਹਨਾਂ ਦੀ ਅਜ਼ਮਤ ਦੀ ਵਜ੍ਹਾ ਤੋਂ ਝੁਕਿਆ ਹੋਣਾ। ਉਹਨੇ ਵੀ ਨਿਦਾਮਤ ਦਾ ਸਿਰ ਝੁਕਾਇਆ ਹੈ ਔਰ ਇਸ ਤਰ੍ਹਾਂ ਮਾਲਨਾਮਾ ਪਕੜਾਇਆ ਹੈ। ਮੌਲਾ ਦੀ ਜ਼ਾਤ ਨੇ ਉਹਦੇ ਮਾਲਨਾਮੇ 'ਤੇ ਨਜ਼ਰ ਮਾਰੀ, ਅਸਮਾਨ ਵਾਲੇ ਦੇਖਿਆ ਔਰ ਉਹਦੀ ਸਿਫਾਰਤ ਫਰਮਾਈ ਹੈ। ਆਖਿਆ ਕਿ ਯਾ ਅੱਲਾ, ਇਹ ਮੇਰਾ ਮੁਹਿੱਬ ਸੀ, ਮੇਰੇ ਭਰਾ ਦਾ ਬੜਾ ਹੀ ਅਜ਼ਾਦਾਰ ਸੀ, ਬੜਾ ਪਿਆਰ ਕਰਦਾ ਸੀ, ਲੇਕਿਨ ਸ਼ੈਤਾਨ ਇਹਨੇ ਦਾਵੀ ਲਿਆ, ਇਹ ਕਲਮ ਕਰ ਔਰ ਉਹਦਾ ਮਾਲਨਾਮਾ ਸਾਰਾ ਨੇਕੀਆਂ ਨਾਲ ਭਰਿਆ ਗਿਆ। ਹੁਣ ਇਹ ਤਾਂ ਕੁਰਸੀ ਵੀ ਆ ਨਹੀਂ ਨਾ ਕਿ ਜਿਹਨੇ ਇਹਨਾਂ ਵੱਡੀ ਬਣ ਲਿਆ, ਉਹਨਾਂ ਦੇ ਜਿੰਨੇ ਗੁਨਾਹ ਨੇ ਅੱਲਾ ਨਾਲ ਮੈਂ ਨੇਕੀਆਂ 'ਚ ਕਰ ਦੇਣਾ। ਹੁਣ ਉਹ ਮਾਲਨਾਮਾ ਨੂੰ ਆਖਿਆ ਕਿ ਜਾ, ਇਹ ਅੱਲਾ ਦੇ ਜਿਹੜੇ ਫਰਿਸ਼ਤੇ ਨੂੰ ਦਿਖਾ। ਲੈ ਕੇ ਗਿਆ ਹੈ ਉਹਨੇ ਮਾਲਨਾਮਾ, ਉਹਨਾਂ ਕੇ ਕੀਤਾ ਹੈ, ਉਹਨਾਂ ਵੇਖ ਕੇ ਉਹਨੂੰ ਸਲੂਟ ਮਾਰਿਆ, ਆਪਣੀ ਹੱਥ ਘੜੀਆਂ ਲੈ ਕੇ ਗਏ, ਉਹਨੂੰ ਆਖਿਆ ਜਾ। ਅਤੇ ਅਜ਼ੀਜ਼ਾਂ ਨੇ ਗ੍ਰਾਮੀ, ਨਮਾਜ਼ ਅਗਰ ਕੋਈ ਨਹੀਂ ਪੜ੍ਹਦਾ, ਬਸ ਆਖਰੀ ਜੁਮਲੇ, ਉਸ ਨੂੰ ਤਿੰਨ ਸਜ਼ਾਵਾਂ ਮੌਤ ਦੇ ਵੇਲੇ ਮਿਲਦੀਆਂ ਨੇ। ਉਹਨਾਂ ਤਿੰਨਾਂ 'ਚੋਂ ਇੱਕ ਸਜ਼ਾ ਹੈ ਪਿਆਸਾ, ਕਿ ਉਹਨੂੰ ਪਿਆਸ ਬੜੀ ਲੱਗਦੀ ਹੈ, ਇੱਥੋਂ ਤੱਕ ਅਗਰ ਸਮੁੰਦਰ ਦਾ ਪਾਣੀ ਉਹਨੂੰ ਪਿਲਾ ਦਿੱਤਾ ਜਾਏ, ਉਹਦੀ ਪਿਆਸ ਨਹੀਂ ਬੁਝੇਗੀ। ਔਰ ਉਸ ਵਕਤ ਸ਼ੈਤਾਨ ਮਰਦੂਦ ਇੱਕ ਮਿੱਟੀ ਦੇ ਪਿਆਲੇ 'ਚ ਠੰਡਾ ਮਿੱਠਾ ਪਾਣੀ ਲੈ ਕੇ ਆਉਂਦਾ, ਉਹਨੂੰ ਆਉਂਦਾ ਕਿ ਮੈਨੂੰ ਸਜਦਾ ਕਰ, ਮੈਂ ਤੈਨੂੰ ਆ ਪਿਆਲਾ ਪਿਆਉਣਾ। ਉਹ ਆਉਂਦਾ ਕਿ ਮੈਂ ਕਿਸ ਤਰ੍ਹਾਂ ਕਰਾਂ, ਮੈਂ ਤਾਂ ਹੁਣ ਬੇਬਸ ਹੋਇਆ। ਉਹ ਆਉਂਦਾ ਅੱਖ ਦੇ ਇਸ਼ਾਰੇ ਨਾਲ ਕਰਦੇ, ਅਤੇ ਖੁਦਾ ਨਾ ਕਰੇ ਅਸੀਂ ਇਸ ਘਰਾਣੇ ਤੋਂ ਦੂਰ ਹੋ ਕੇ, ਇਸ ਘਰਾਣੇ ਨੂੰ ਛੱਡ ਕੇ, ਇਸ ਘਰਾਣੇ ਦੀ ਅਜ਼ਮਤ ਅੱਗੇ ਸਾਰੇ ਤਸਲੀਮ ਖੰਮ ਕਰਨ ਦੇ ਪਏ, ਬਾਗੀ ਬਣ ਕੇ, ਜ਼ਾਲਮ ਬਣ ਕੇ, ਲਾਪਰਵਾਹ ਬਣ ਕੇ, ਬੇਅਮਾਲੇ ਹੋ ਕੇ ਇਸ ਦੁਨੀਆ ਨੂੰ ਛੋੜੀਏ। ਅਤੇ ਮੇਰੇ ਅਜ਼ੀਜ਼, ਅੱਜ ਸਾਡੇ ਕੋਲ ਵਕਤ ਹੈ, ਅਸੀਂ ਆਪਣੀ ਇਸਲਾਹ ਕਰ ਸਕਦੇ ਹਾਂ, ਕੱਲ੍ਹ ਸਾਡੇ ਕੋਲ ਵਕਤ ਨਹੀਂ ਆਉਣਾ। ਅਤੇ ਇਸ ਵਾਸਤੇ ਇਹ ਦਰਸੇ ਹੁਸੈਨੀ ਸਾਨੂੰ ਇਸ ਵਾਸਤੇ ਵੀ ਮੌਲਾ ਨੇ ਸ਼ਹਾਦਤਾਂ ਕੁਰਬਾਨੀਆਂ ਦਿੱਤੀਆਂ
ਕਿ ਅਸੀਂ ਆਪਣੀ ਇਸਲਾਹ ਕਰ ਲਈਏ। ਉਹਨਾਂ ਦੇ ਜਿਹੜੇ ਆਜ਼ਾਦਾਰ ਨੇ ਉਹਨਾਂ ਦੀ ਸ਼ਾਨ ਦੇ ਖਿਲਾਫ ਕਿ ਮੌਲਾ ਹੁਸੈਨ ਬਾਦਸ਼ਾਹ ਨੂੰ ਦੁੱਖ ਪਹੁੰਚਾਉਣ। ਅਗਰ ਮੈਂ ਬੁਰੇ ਅਮਲ ਕਰਾਂਗਾ ਤਾਂ ਮੌਲਾ ਮੇਰੇ ਤੋਂ ਰਾਜ਼ੀ ਨਹੀਂ ਹੋਣਗੇ, ਬੜਾ ਸਦਮਾ ਹੋਏਗਾ ਉਹਨਾਂ ਨੂੰ। ਅਸੀਂ ਉਹਨਾਂ ਦੇ ਮਹਿਬ ਬਣੀਏ, ਅਜ਼ਾਦਾਰ ਬਣੀਏ, ਔਰ ਜਿਨ੍ਹਾਂ ਨੇ ਸਦਮਾਤ ਪਹੁੰਚਾਏ ਨੇ ਉਹਨਾਂ ਦੇ ਲਾਣਤ ਪਾਉਂਦਿਆਂ ਹੋਇਆਂ ਆਪਣੀ ਜ਼ਿੰਦਗੀ ਬਸਰ ਕਰੀਏ, ਆਪ ਸਦਮਾਤ ਨਾ ਪਹੁੰਚਾਈਏ। ਲਾਣਤ ਕੌਮ ਦਰੂਜ ਮੁਹੰਮਦ ਵਾਲੇ ਮੁਹੰਮਦ।